ਹੈਲੋ ਸਟੂਡੈਂਟਸ ਵੈਲਕਮ ਹੇਅਰ ਅਗੇਨ ਔਰ ਮਾਈ ਚੈਨਲ ਜਾਣਕਾਰੀ ਵਿਦ ਮਾਈਸੈਲਫ ਵਿਦ ਅਵਿਲਾਸ਼ੀ ਸ਼ਰਮਾ ਤੁਹਾਡੇ ਨਾਲ ਗੱਲ ਕਰਾਂਗੇ 11th ਸਟੈਂਡਰਡ ਦਾ ਜਿਹੜਾ ਟਾਪਿਕ ਆ ਕਾਉਂਟੈਂਸੀ ਨਾਰ ਰਿਟੈਕਟਿਫਿਕੇਸ਼ਨ ਆਫ 에ਰਰਸ ਗਲਤੀਆਂ ਵਿੱਚ ਸੁਧਾਰ 에ਰਰਸ ਅਸ਼ੁੱਧੀਆਂ ਜਾਂ ਗਲਤੀਆਂ ਹੁੰਦੀਆਂ ਨੇ ਫਰਸਟ ਪਾਰਟ ਆ ਜਿਸ ਵੀਡੀਓ ਦਾ ਅਕਾਊਂਟਿੰਗ 에ਰਰਸ ਤੇ ਉਹਦੀਆਂ ਟਾਈਪਸ ਆਫ 에ਰਰਸ ਕੀ ਨੇ ਤੇ ਕੁਝ ਪ੍ਰੈਕਟੀਕਲ ਪ੍ਰੋਬਲਮ ਦੀ ਵੀ ਗੱਲ ਹੋਏਗੀ ਨਾਲ ਕਿ ਉਹਨਾਂ ਨੂੰ ਵਿਵਹਾਰਿਕ ਰੂਪ ਚ ਕੀ ਮੈਂ ਲਾਗੂ ਕਰਨ ਹੈ ਨਾ ਗਲਤੀਆਂ ਠੀਕ ਕਰਨ ਦੇ ਢੰਗ ਨੂੰ ਦੀ ਕਲਰਡ ਮੈਂ ਹਮੇਸ਼ਾ ਦਰਨਾ ਹੁੰਨੇ ਤੁਹਾਨੂੰ ਸਾਰਿਆਂ ਨੂੰ ਕਿ ਵੀਡੀਓ ਨੂੰ ਕੰਪਲੀਟ ਦੇਖੋ ਫੁੱਲ ਸਕਰੀਨ ਕਰਕੇ ਦੇਖੋ ਆਪਣੇ ਡਿਵਾਈਸ ਤੇ 이어ਫੋਨ ਯੂਜ਼ ਕਰੋ ਤਾਂ ਹੀ ਤੁਸੀਂ ਕੰਪਲੀਟ ਕੰਟੈਂਟ ਸਿੱਖ पाओगे ਤੇ ਬੜੇ ਆਸਾਨੀ ਨਾਲ ਸਿੱਖ पाओगे ਤਾਂ ਅੱਜ ਗੱਲ ਕਰਦੇ ਹਾਂ ਅੱਜ ਦੇ ਟਾਪਿਕ ਦੇ ਵੱਲ ਵਧਦੇ ਹੋਏ ਬਿਨਾ ਟਾਈਮ ਵੇਸਟ ਕੀਤੇ ਹੋਏ ਅਕਾਊਂਟਿੰਗ 에ਰਰਸ ਕੀ ਨੇ ਪੰਜਾਬੀ ਦੇ ਵਿੱਚ ਲੇਖਾਗਤ ਗਲਤੀਆਂ ਅਕਾਊਂਟਿੰਗ 에ਰਰ ਦਾ ਮਿਸਟੇਕ ਦੈਟ ਅਕਰ ਡੂ ਟੂ ਇਨੈਕਿਊਰੀਟੀ इन एक्यूरेट प्रोसेसिंग ऑफ अकाउंटिंग डेटा एरर्स कैन आल्सो बी ड्यू टू मिसइंटरप्रिटेशन ऑफ फैक्ट्स ओवरराइटिंग ऑफ फैक्ट्स रॉन्ग एप्लीकेशन ऑफ अकाउंटिंग प्रिंसिपल्स ਇਹਨਾਂ ਸਾਰਾ ਦੇ ਕਾਰਨ ਜਦੋਂ ਅਕਾਊਂਟੈਂਟ ਬੁక్స్ ਆਫ ਅਕਾਊਂਟਸ ਦੇ ਵਿੱਚ ਰਿਕਾਰਡ ਕਰ ਰਿਹਾ ਹੁੰਦਾ ਹੈ ਗਲਤੀਆਂ ਹੋ ਸਕਦੀਆਂ ਨੇ ਉਹਨਾਂ ਗਲਤੀਆਂ ਦਾ ਕਾਰਨ ਕੀ ਹੈ ਜੇ ਇਨੈਕੂਰੇਟ ਪ੍ਰੋਸੈਸ ਹੋ ਜੇ ਅਕਾਊਂਟਿੰਗ ਡਾਟਾ ਦਾ ਮਿਸ ਇੰਟਰਪ੍ਰੀਟੇਸ਼ਨ ਹੋ ਜੇ ਫੈਕਸ ਗਲਤ ਸਮਝ ਲਿਆ ਜਾਵੇ ਤੱਥਾਂ ਨੂੰ ਜਾਂ ਕੋਈ ਓਵਰਰਾਈਟਿੰਗ ਹੋ ਜੇ ਕਲੈਰੀਕਲ ਮਿਸਟੇਕਸ ਹੋ ਸਕਦੀਆਂ ਨੇ ਅਕਾਊਂਟਿੰਗ ਪ੍ਰਿੰਸੀਪਲਸ ਨੂੰ ਠੀਕ ਢੰਗ ਨਾਲ ਨਾ ਅਪਣਾਇਆ ਗਿਆ ਹੋਵੇ ਉਸ ਕਾਰਨ ਸਾਡਾ ਜੋ ਅਕਾਊਂਟਿੰਗ ਰਿਕਾਰਡ ਹੈ ਉਹਦੇ ਵਿੱਚ ਗਲਤੀਆਂ ਹੋ ਸਕਦੀਆਂ ਨੇ ਸਮਝ ਲੱਗਿਆ ਤੇ ਹੁਣ ਅੱਗੇ ਵਧਦੇ ਆਪਾਂ ਟਾਈਪਸ ਆਫ ਐਰਰ types of error ਦੀ ਜਿਸ ਤੱਕ ਗੱਲ ਕਰਦੇ ਆ ਸਾਡੇ ਕੋਲ ਜੋ types of errors ਨੇ ਉਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਦੇਖਾਂਗੇ ਵਨ ਇਜ਼ ਦਾ errors ऑफ प्रिंसिपल ਸਕੰਡ ਵਨ ਇਜ਼ ਦਾ errors ऑफ ਕਮਿਸ਼ਨ ਕੱਲੇ-ਕੱਲੇ ਵਾਰੀ ਆਪਾਂ ਡਿਟੇਲਸ ਗੱਲ ਕਰਾਂਗੇ ਜੋ error ऑफ omission ਹੈ ਭੁੱਲਦੀਆਂ ਗਲਤੀਆਂ ਇਹ ਦੋ ਤਰ੍ਹਾਂ ਦੀਆਂ ਨੇ ਕੰਪਲੀਟ errors ਐਂਡ ਪਾਰਸ਼ਲ errors errors ऑफ ਕਮਿਸ਼ਨ ਦੀ ਗੱਲ ਹੈ ਤਾਂ ਉਹਦੇ ਵਿੱਚ ਚਾਰ ਤਰ੍ਹਾਂ ਦੀਆਂ ਗਲਤੀਆਂ ਦੇਖਣ ਨੂੰ ਮਿਲਦੀਆਂ ਨੇ ਆਮ ਤੌਰ ਤੇ ਉਹਨਾਂ ਨੂੰ ਚਾਰ ਗਰੁੱਪਾਂ 'ਚ ਵੰਡਿਆ ਗਿਆ ਹੈ ਐਰਰਸ ਆਫ ਪ੍ਰਿੰਸੀਪਲਸ compensating errors errors of posting errors of casting clear ek gal ton main hor dassan niche main ik highlight kita hai see video number a27eh and a27ep in hindi and punjabi yes asal ch errors da jo topic hai oh trial balance de vich vi discuss kita gaya jithe assi suspense account di gal kiti hai A27 ਤੇ ਜੋ EP ਤੇ EH ਜਾਂ ਹਿੰਦੀ ਤੇ ਪੰਜਾਬੀ మీడియం ਆਫ ਇਨਸਟਰਕਸ਼ਨਜ਼ ਦੇ ਰੂਪ ਦੇ ਵਿੱਚ ਮੈਂ ਗਲਤੀਆਂ ਨੂੰ ਥਿਓਰੈਟਿਕਲੀ ਉੱਥੇ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਹੈ ਫਰੋਮ ਟ੍ਰਾਇਲ ਬੈਲੈਂਸ ਪੁਆਇੰਟ ਆਫ 뷰 ਕਿ ਕਿਹੜੀਆਂ ਗਲਤੀਆਂ ਕਰਕੇ ਟ੍ਰਾਇਲ ਬੈਲੈਂਸ ਮਿਲਦਾ ਹੈ ਜਾਂ ਗਲਤੀ ਹੋਣ ਦੇ ਕਾਰਨ ਨਹੀਂ ਮਿਲਦਾ ਗਲਤੀ ਹੋ ਕੇ ਵੀ ਮਿਲਣਾ ਤੇ ਗਲਤੀ ਹੋਂ ਦੇ ਕਾਰਨ ਨਾ ਮਿਲਣਾ ਇਹਦੇ ਬਾਰੇ ਡਿਟੇਲ ਦੇ ਵਿੱਚ ਇਹਨਾਂ ਵੀਡੀਓਜ਼ ਦੇ ਵਿੱਚ ਮੈਂ ਡਿਸਕਸ ਕੀਤਾ ਹੈ ਤੁਸੀਂ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਟ੍ਰਾਇਲ ਬੈਲੈਂਸ ਦੇ ਨਾਲ ਰਿਗਾਰਡਿੰਗ ਮੈਂ ਉਹਦਾ ਲਿੰਕ ਮੈਂ ਨੀਚੇ ਦਊਂਗਾ ਅਸ ਥਿਸ ਵੀਡੀਓ ਦੇ ਵਿੱਚ 에ਰਰਸ ਆਫ ਅਮੀਸ਼ਨ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿਵੇਂ ਦਾ ਨਾਮ ਹੀ ਦੱਸ ਰਿਹਾ ਭੁੱਲ ਦੀ ਗਲਤੀ ਸਾਫ਼ ਲੱਗ ਰਿਹਾ ਹੋਣਾ ਕਿ ਕੁਝ ਭੁੱਲ ਗਏ ਬਿਲਕੁਲ ਸਹੀ ਸੋਚ ਰਹੇ ਹੋ ਇਫ ਅ ट्रांजैक्शन ਹੈਜ਼ ਨਾਟ ਬੀਨ ਰਿਕਾਰਡਡ ਇਨ ਦਾ ਅਕਾਊਂਟਿੰਗ ਬੁక్స్ ਇਜ਼ ਟਰਮਡ ਐਜ਼ 에ਰਰ ਆਫ ਅਮੀਸ਼ਨ ਕੋਈ ਟ੍ਰਾਂਜੈਕਸ਼ਨ ਅਕਾਊਂਟਿੰਗ ਬੁక్స్ ਦੇ ਵਿੱਚ ਲਿਖੀ ਨਹੀਂ ਭੁੱਲ ਕੇ ਲ ਤਾਂ ਉਸ ਟਾਈਪ ਦੀ ਐਰਰਸ ਨੂੰ ਅਸੀਂ ਐਰਰਸ ਆਫ ਓਮਿਸ਼ਨ ਕਹਿੰਦੇ ਆ ਭੁੱਲ ਦੀਆਂ ਗਲਤੀਆਂ ਥੀਸ ਐਰਰਸ ਵਿਲ ਨਾਟ ਇਫੈਕਟ ਟ੍ਰਾਇਲ ਬੈਲੈਂਸ ਐਸ ਟ੍ਰਾਂਜੈਕਸ਼ਨ ਹੈਜ਼ ਨਾਟ ਬੀਨ ਐਂਟਰਡ ਇਨ ਐਨੀ ਸਾਈਡ ਡੈਬਿਟ অর ਕ੍ਰੈਡਿਟ ਆਫ ਐਨੀ ਅਕਾਊਂਟ ਇਹ ਕਿਸੇ ਵੀ ਢੰਗ ਨਾਲ ਜੇਕਰ ਇਹੋ ਜੀ ਗਲਤੀ ਹੋ ਜੇ ਭੁੱਲ ਜੀ ਅਸੀਂ ਤਾਂ ਟ੍ਰਾਇਲ ਬੈਲੈਂਸ ਤੇ ਕੋਈ ਅਸਰ ਨਹੀਂ ਪੈਂਦਾ ਟ੍ਰਾਇਲ ਬੈਲੈਂਸ ਨੇ ਮਿਲ ਹੀ ਜਾਣਾ ਹੈ ਕਿਉਂਕਿ ਅਸੀਂ ਕੋਈ ਡੈਬਿਟ ਜਾਂ ਕ੍ਰੈਡਿਟ ਸਾਈਡ ਤੇ ਨਹੀਂ ਦਿਖਾਇਆ ਕੋਈ ਵੀ ਅਮਾਉਂਟ ਕਿਉਂਕਿ ਟ੍ਰਾਂਜੈਕਸ਼ਨ ਰਿਕਾਰਡ ਹੀ ਨਹੀਂ ਕੀਤੀ ਬਟ ਇਹ ਵੀ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਨੇ

ਹੈਜ਼ ਬੀਨ ਰਿਕਾਰਡਡ ਇਨ ਜਰਨਲ ਸਬਸਟਰੀ ਬੁੱਕਸ ਬਟ ਪੋਸਟਡ ਓਨਲੀ ਇਨ ਵਨ ਲੈਜ਼ਰ ਅਕਾਊਂਟ ਮੰਨ ਲਓ ਅਸੀਂ ਕੋਈ ਟ੍ਰਾਂਜੈਕਸ਼ਨ ਜਰਨਲ ਦੇ ਵਿੱਚ ਦਾ ਸਬਸਟਰੀ ਬੁੱਕਸ ਰਿਕਾਰਡ ਕਰ ਲਈ ਉਸ ਤੋਂ ਬਾਅਦ ਉਹਨਾਂ ਦੀ ਲੈਜ਼ਰ ਦੇ ਵਿੱਚ ਪੋਸਟਿੰਗ ਹੋਣੀ ਹੁੰਦੀ ਹੈ ਤਾਂ ਕਿਸੇ ਇੱਕ ਲੈਜ਼ਰ 'ਚ ਪੋਸਟਿੰਗ ਕਰਦੀ ਇੱਕ 'ਚ ਨਹੀਂ ਕੀਤੀ ਦੈਟ ਇਜ਼ ਪਾਰਸ਼ੀਅਲ ਐਰਰ ਅਧੂਰੀ ਗਲਤੀ ਹੋ ਗਈ ਇਹਦਾ ਟ੍ਰਾਇਲ ਬੈਲੈਂਸ ਤੇ ਅਸਰ ਪੈਣ ਵਾਲਾ ਹੈ ਕਿਉਂਕਿ ਇੱਕ ਡੈਬਿਟ ਜਾਂ ਕ੍ਰੈਡਿਟ ਬੈਲੈਂਸ ਜ਼ਿਆਦਾ ਹੋ ਜਾਣਾ ਹੈ ਇਹਨਾਂ ਨੂੰ ਅਸੀਂ ਭੁੱਲ ਦੀਆਂ ਗਲਤੀਆਂ ਕਹਿੰਦੇ ਹਾਂ ਦੋ ਢੰਗ ਦੀਆਂ ਹੋਗੀਆਂ ਕੰਪਲੀਟ 에ਰਰ ਐਂਡ ਪਾਰਸ਼ਲ 에ਰਰ ਅਗ੍ਹੀ ਗੱਲ ਕਰਦੇ ਹਾਂ ਸੈਕੰਡ ਟਾਈਪ ਦੀ 에ਰਰ 에ਰਰ ਆਫ ਕਮਿਸ਼ਨ ਲੇਖੇ ਦੀ ਗਲਤੀ ਅਕਾਊਂਟਿੰਗ ਦੇ ਜੋ ਸਿਧਾਂਤ ਨੇ ਅਕਾਊਂਟਿੰਗ ਦਾ ਜੋ ਪ੍ਰੋਸੈਸ ਹੈ ਉਹਦੇ ਰਿਗਾਰਡਿੰਗ ਜਿਹੜੀਆਂ ਗਲਤੀਆਂ ਨੇ ਵੈਨ ਦਾ ਪਰਸਨ ਰਿਸਪੌਂਸਿਬਲ ਫਾਰ ਦਾ ਮੇਨਟੇਨੈਂਸ ਆਫ ਬੁਕਸ ਆਫ ਅਕਾਊਂਟ ਕਮਿਟਸ ਮਿਸਟੇਕ ਸਚ ਐਸ ਜਿਸ ਵਿਅਕਤੀ ਨੇ ਬੁਕਸ ਆਫ ਅਕਾਊਂਟਸ ਤਿਆਰ ਕਰਨੀਆਂ ਨੇ ਉਹ ਕੁਝ ਗਲਤੀਆਂ ਕਰ ਦੇ ਕਿਵੇਂ

ਜਦੋਂ ਟੋਟਲ ਨੂੰ ਅਗੇ ਕੈਰੀ ਫਾਰਵਰਡ ਕਰ ਰਹੇ ਸੀ ਇੱਕ ਪੇਜ ਤੋਂ ਦੂਸਰੇ ਪੇਜ ਇੱਕ ਬੁੱਕ ਤੋਂ ਦੂਸਰੇ ਬੁੱਕ ਦੇ ਵਿੱਚ ਲੈ ਕੇ ਜਾਣਾ ਸੀ ਤਾਂ ਫਿਰ ਉਦੋਂ ਟੋਟਲ 'ਚ ਗਲਤੀ ਹੋ ਜਾਣ ਨਾਲ ਇਸ ਤਰ੍ਹਾਂ ਆਵਰਰ ਆਫ ਡੁਪਲੀਕੇਸ਼ਨ ਕੋਈ ਇੱਕ ਅਕਾਊਂਟ ਨੂੰ ਦੋ ਵਾਰੀ ਜਿਹਨੂੰ ਡੁਪਲੀਕੇਸ਼ਨ ਕਹਿੰਦੇ ਨੇ ਦੋ ਵਾਰੀ ਐਂਟਰੀ ਕਰਤੀ ਕੋਈ ਅਕਾਊਂਟ 'ਚ ਇਸ ਟਾਈਪ ਦੀਆਂ ਜਿਹੜੀਆਂ 에ਰਰਸ ਨੇ ਇਹਨਾਂ ਨੂੰ ਅਸੀਂ 에ਰਰਸ ਆਫ ਕਮਿਸ਼ਨ ਕਹਿੰਦੇ ਆ ਇਹਦੇ ਲਈ ਪਿਓਰਲੀ ਰਿਸਪੌਂਸਿਬਲ ਹੁੰਦਾ ਹੈ ਉਹ ਵਿਅਕਤੀ ਜਿਨੇ ਬੁਕਸ ਆਫ ਅਕਾਊਂਟਸ ਬਣਾਣੀਆਂ ਨੇ ਸਮਝ ਲੱਗਿਆ ਅਗੇ 에ਰਰਸ ਆਫ ਕਮਿਸ਼ਨ ਦੀ ਟਾਈਪਸ ਦੀ ਗੱਲ ਕਰੀਏ ਥਿਉਰੈਟਿਕਲੀ ਬੜਾ ਇੰਪੋਰਟੈਂਟ ਟਾਪਿਕ ਹੁੰਦਾ ਹੈ ਡੀਅਰ ਸਟੂਡੈਂਟਸ ਟਾਈਪਸ ਆਫ 에ਰਰ ਆਫ ਕਮਿਸ਼ਨ ਸਭ ਤੋਂ ਪਹਿਲਾਂ ਹੈ 에ਰਰ ਆਫ ਪ੍ਰਿੰਸੀਪਲ ਨਾਮ ਹੀ ਦੱਸ ਰਿਹਾ ਸਿਧਾਂਤ ਤੇ ਗਲਤੀ 에ਰਰ ਅਕਰ ਡੂ ਟੂ ਰੋਂਗ ਐਪਲੀਕੇਸ਼ਨ ਆਫ ਪ੍ਰਿੰਸੀਪਲ ਆਫ ਅਕਾਊਂਟਿੰਗ ਜੇਕਰ ਅਸੀਂ ਜੋ ਅਕਾਊਂਟਿੰਗ ਦੇ ਪ੍ਰਿੰਸੀਪਲ ਕਰਦੇ ਆਂ ਤਿੰਨ ਟਾਈਪ ਦੇ ਅਕਾਊਂਟ ਨੇ ਰੀਅਲ ਪਰਸਨਲ ਐਂਡ ਨੋਮੀਨਲ ਅਕਾਊਂਟ ਅਸੀਂ ਉਹਦੇ ਅਕੋਰਡਿੰਗਲੀ ਉਹਨਾਂ ਪ੍ਰਿੰਸੀਪਲ ਦੇ ਅਕੋਰਡਿੰਗਲੀ ਜੇਕਰ ਨਹੀਂ ਚੱਲਦੇ ਫੋਰ ਐਗਜ਼ਾਮਪਲ ਪਰਚੇਸ ਆਫ ਫਰਨੀਚਰ ਪਾਸ ਥਰੂ ਪਰਚੇਸ ਬੁੱਕ ਔਰ ਪਰਚੇਸ ਅਕਾਊਂਟ ਮੰਨ ਲਓ ਅਸੀਂ ਪਰਚੇਸ ਕੀਤਾ ਫਰਨੀਚਰ ਪਰਚੇਸ ਬੁੱਕ ਦੇ ਵਿੱਚ ਪਾਸ ਕਰਤਾ ਜਦੋਂ ਕਿ ਉਹ ਫਰਨੀਚਰ ਇੱਕ ਸੈਪਰੇਟ ਐਸੈਟ ਹੈ ਪਰਚੇਸ ਬੁੱਕ ਦੇ ਵਿੱਚ ਸਿਰਫ ਗੁੱਡਸ ਆਉਂਦੀਆਂ ਨੇ ਸਮਝ ਆ ਗਿਆ ਕ੍ਰੈਡਿਟ ਗੁੱਡਸ ਨੇ ਜਿਹੜੀਆਂ ਜੇਕਰ ਅਸੀਂ ਪਰਚੇਸ ਬੁੱਕ 'ਚ ਫਰਨੀਚਰ ਪਰਚੇਸ ਕੀਤਾ ਉਹ ਵਾਧਾ ਗਲਤੀ ਤਾਂ ਹੋਗੀ ਇਸ ਤਰ੍ਹਾਂ ਦੀ ਗਲਤੀ ਨੂੰ ਅਸੀਂ 에ਰਰ ਆਫ ਪ੍ਰਿੰਸੀਪਲਸ ਕਹਿੰਦੇ ਆ ਇਹਦਾ ਟ੍ਰਾਇਲ ਬੈਲੈਂਸ ਤੇ ਇੰਪੈਕਟ ਨਹੀਂ ਪੈਂਦਾ ਬਟ ਗਲਤੀ ਹੈ ਜਦੋਂ ਫਰਨੀਚਰ ਦੀ ਵੈਲਿਊਏਸ਼ਨ ਹੋਏਗੀ ਸਟਾਕ ਦੀ ਵੈਲਿਊਏਸ਼ਨ ਹੋਏਗੀ ਉਦੋਂ ਪਤਾ ਲੱਗੇਗਾ ਕਿ ਗਲਤੀ ਹੋ ਚੁੱਕੀ ਹੈ ਕੰਪਨਸੇਟਿੰਗ 에ਰਰਸ ਸੈਕੰਡ ਹੈ ਕੰਪਨਸੇਟਿੰਗ 에ਰਰ ਕੰਪਨਸੇਸ਼ਨ ਪਤਾ ਕਿ ਨੂੰ ਕਹਿੰਦੇ ਨੇ ਸਟੂਡੈਂਟਸ ਹਰਜਾਨਾ ਪੂਰਤੀ ਕੋਈ ਗਲਤੀ ਹੋ ਜੇ ਕੋਈ ਪੁੱਲ ਹੋ ਜੇ ਉਹਦਾ ਹਰਜਾਨਾ ਦੇ ਦੋ ਵੀ ਬਾਅਦ ਬਿਲਕੁਲ ਉਹਦੇ ਕਨਸੈਪਟ ਨਾਲ ਸੰਬੰਧਿਤ ਹੀ ਗਲਤੀ ਹੈ दो एरर इन व्हिच इफेक्ट ऑफ वन एरर इज न्यूट्रलाइज्ड बाय द इफेक्ट ऑफ अनदर एरर एज एक्सेस डेबिट ऑफ सैलरी अकाउंट इन वन ट्रांजैक्शन न्यूट्रलाइज्ड बाय एक्सेस क्रेडिट ऑफ कमीशन रिसीव्ड इन अनदर ट्रांजैक्शन समझो इनु ध्यान नाल बड़ी इंपॉर्टेंट है शॉर्ट नोट दे पॉइंट ऑफ व्यू तो ए ओ गलतियां ने जेकर एक गलती हो जे उस तो बाद एक और गलती हुंदी है ओ पहला वाली गलती दे असर नु खत्म कर दे न्यूट्रलाइज्ड कर दे ਸਮਝ ਲੱਗ ਗਿਆ ਗਲਤੀ ਹੋਈ ਅਕਾਊਂਟ ਤੇ ਅਸਰ ਪੈ ਗਿਆ ਟ੍ਰਾਇਲ ਬੈਲੈਂਸ ਮਿਲਣਾ ਨਹੀਂ ਚਾਹੀਦਾ ਸੀ ਪਰ ਬਾਅਦ ਦੇ ਵਿੱਚ ਇੱਕ ਹੋਰ ਗਲਤੀ ਹੋਈ ਉਹਨੇ ਉਹਦੀ ਗਲਤੀ ਦੇ ਅਸਰ ਨੂੰ ਖਤਮ ਕਰਤਾ ਮੰਨ ਲਓ ਅਸੀਂ ਕਦੇ ਇੱਕ ਵਾਰ 200 ਰੁਪਏ ਡੈਬਿਟ ਜ਼ਿਆਦਾ ਕਰਤਾ ਅਗਲੀ ਵਾਰ ਕਿਤੇ 200 ਰੁਪਏ ਗਲਤੀ ਨਾਲ ਕ੍ਰੈਡਿਟ ਜ਼ਿਆਦਾ ਕਰਤਾ ਜਾਂ ਡੈਬਿਟ ਘੱਟ ਕਰਤਾ ਉਸ ਹਾਲਤ ਦੇ ਵਿੱਚ ਜਿਹੜੀ ਗਲਤੀ ਹੁੰਦੀਆਂ ਨੂੰ ਅਸੀਂ ਕੰਪਨਸੇਟਿੰਗ ਐਰਰ ਕਹਿੰਦੇ ਨੇ ਜਿਵੇਂ ਐਗਜ਼ਾਮਪਲ ਦਿੱਤੀ ਹੈ ਅਸੀਂ ਐਕਸੈਸ ਡੈਬਿਟ ਕੀਤਾ ਸੈਲਰੀ ਅਕਾਊਂਟ ਨੂੰ ਇੱਕ ट्रांजैक्शन 'ਚ ਇੱਕ ਥਾਂ ਤੇ ਸਾਨੂੰ ਕਮਿਸ਼ਨ ਰਿਸਿਵ ਹੋਈ ਉਹਤੇ ਐਕਸੈਸ ਕ੍ਰੈਡਿਟ ਕਰਤਾ ਸੇਮ ਅਮਾਉਂਟ ਨਾਲ ਇਸ ਟਾਈਪ ਦੀ ਗਲਤੀ ਨੇ ਪਿਛਲੀ ਗਲਤੀ ਦੇ ਬੈਲੈਂਸ ਤੇ ਜੋ ਅਸਰ ਪਾਇਆ ਸੀ ਉਹਨੂੰ ਖਤਮ ਕਰਤਾ ਉਹਨੂੰ ਅਸੀਂ ਕੰਪਨਸੇਟਿੰਗ ਐਰਰ ਕਹਿੰਦੇ ਆ ਨੈਕਸਟ ਹੈ ਐਰਰ ਆਫ ਪੋਸਟਿੰਗ ਵੈਨ ਐਨੀ ट्रांजैक्शन ਹੈਜ਼ ਬੀਨ ਐਂਟਰਡ ਕੋਰੈਕਟਲੀ ਐਜ਼ ਅ ਜਰਨਲ ਐਂਟਰੀ ਬਟ ਰੋਂਗਲੀ ਪੋਸਟਡ ਇਨ ਲੈਜਰ ਜੇਕਰ ਕੋਈ ਐਂਟਰੀ ਅਸੀਂ ਜਰਨਲ ਦੇ ਵਿੱਚ ਸਹੀ ਕੀਤੀ ਹੈ ਪਰ ਲੈਜਰ ਅਕਾਊਂਟਸ ਦੇ ਵਿੱਚ ਗਲਤ ਪੋਸਟ ਕਰਤੀ ਉਸ ਟਾਈਪ ਦੀ ਐਰਰ ਨੂੰ ਅਸੀਂ ਐਰਰ ਆਫ ਪੋਸਟਿੰਗ ਕਹਿੰਦੇ ਆ ਫੋਰ ਏਗਜ਼ਾਮਪਲ ਪਰਚੇਸ ਆਫ ਮਸ਼ੀਨਰੀ ਆਫ ਰੁਪੀਏ 1 ਲੱਖ ਪੋਸਟਡ ਇਨ ਮਸ਼ੀਨਰੀ ਅਕਾਊਂਟ ਐਸ 10000 ਮਸ਼ੀਨਰੀ ਪਰਚੇਜ਼ ਕੀਤੀ ਸੀ ਅਸੀਂ ਮੰਨ ਲਓ ਪਰ ਮਸ਼ੀਨਰੀ ਅਕਾਊਂਟ ਦੇ ਵਿੱਚ ਅਸੀਂ 1 ਲੱਖ ਦੀ ਮਸ਼ੀਨਰੀ ਸੀ ਜਿਹੜੀ ਉਹਨੂੰ 10000 ਨਾਲ ਪੋਸਟ ਕਰਤਾ ਜਦੋਂ ਲੈਜਰ ਪੋਸਟਿੰਗ ਕਰ ਰਹੇ ਸੀ ਇਹਨੂੰ ਅਸੀਂ ਐਰਰ ਆਫ ਪੋਸਟਿੰਗ ਕਹਿੰਦੇ ਆ ਫੋਰਥ ਐਰਰਸ ਆਫ ਕਾਸਟਿੰਗ ਦੋਜ਼ ਐਰਰ ਵਿਚ ਅਕਰਡ ਡਿਊ ਟੂ ਰੋਂਗ ਟੋਟਲਿੰਗ ਆਫ ਲੈਜਰ ਅਕਾਊਂਟਸ অর ਸਬਸਟਰੀ ਬੁక్స్ ਐਜ਼ ਅੰਡਰ ਕਾਸਟਿੰਗ অর ਓਵਰ ਕਾਸਟਿੰਗ ਆਫ ਐਨੀ ਅਕਾਊਂਟ ਇਹ ਉਹ ਗਲਤੀਆਂ ਐਰਰ ਆਫ ਕਾਸਟਿੰਗ ਜਿਹੜੀਆਂ ਰੋਂਗ ਟੋਟਲ ਹੋ ਜੇ ਲੈਜਰ ਅਕਾਊਂਟਸ ਦਾ ਜਾਂ ਸਬਸਟਰੀ ਬੁక్స్ ਦਾ ਅੰਡਰ ਕਾਸਟ ਕਰਦੀਏ ਜਾਂ ਓਵਰ ਕਾਸਟ ਕਰਦੀਏ ਅੰਡਰ ਕਾਸਟ ਦਾ ਮਤਲਬ ਘੱਟ ਦਿਖਾਣਾ ਕਿਸੇ ਰਕਮ ਨੂੰ ਓਵਰ ਕਾਸਟ ਦਾ ਮਤਲਬ ਜ਼ਿਆਦਾ ਦਿਖਾ ਦੇਣਾ ਕਿਸੇ ਅਕਾਊਂਟ ਦੇ ਵਿੱਚ ਕਿਸੇ ਅਮਾਊਂਟ ਨੂੰ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਅਸੀਂ 에ਰਰਸ ਆਫ ਕਾਸਟਿੰਗ ਕਹਿੰਦੇ ਆ। ਸਮਝ ਲੱਗੀ ਮੇਰੀ ਗੱਲ? ਗਲਤੀਆਂ ਹੋ ਗਈਆਂ। ਇਹਦਾ ਮਤਲਬ ਇਹ ਤਾਂ ਨਹੀਂ ਕਿ ਬਿਜ਼ਨਸ ਦੇ ਵਿੱਚ ਗਲਤੀਆਂ ਨੂੰ ਠੀਕ ਨਹੀਂ ਕਰਨਾ। ਦੈਟ ਇਜ਼ ਦ ਟਾਪਿਕ ਵੀ ਆਰ ਗੋਇੰਗ ਟੂ ਡਿਸਕਸ ਟੂਡੇਜ਼ ਟਾਪਿਕ। ਮੇਨ ਪਾਰਟ ਆਫ ਇਟ ਇਜ਼ ਦ ਰੈਕਟੀਫਿਕੇਸ਼ਨ ਆਫ 에ਰਰਸ। ਗਲਤੀਆਂ ਦਾ ਸੁਧਾਰ ਕਿਵੇਂ ਕਰਨਾ ਹੈ? ਇਹਦੇ ਵਿੱਚ ਡਿਫਰੈਂਟ ਸਟੇਜਿਸ ਨੇ ਸਭ ਤੋਂ ਪਹਿਲਾਂ ਹੈ ਸਾਡੇ ਜਿਹੜਾ ਪਲੱਸ 1 ਲੈਵਲ ਦੇ ਉੱਤੇ ਆਮ ਤੌਰ ਤੇ ਦੋ ਸਟੇਜਸ ਦੀ ਗੱਲ ਹੁੰਦੀ ਹੈ ਉਹਨ ਦੋਨੋਂ ਸਟੇਜਸ ਨੂੰ ਮੈਂ ਡਿਟੇਲ ਜਿੱਥੇ ਡਿਸਕਸ ਕਰੂੰਗਾ ਸਟੇਜ ਫਸਟ ਰੈਕਟੀਫਿਕੇਸ਼ਨ ਬਿਫੋਰ ਦਾ ਪ੍ਰੇਪਰੇਸ਼ਨ ਆਫ ਟਰਾਇਲ ਬੈਲੈਂਸ ਟਰਾਇਲ ਬੈਲੈਂਸ ਬਨਨ ਤੋਂ ਪਹਿਲਾਂ ਹੀ ਰੈਕਟੀਫਾਈ ਕਰ ਦੇਣਾ ਗਲਤੀਆਂ ਨੂੰ ਵੈਨ ਐਨੀ 에ਰਰ ਡਿਟੈਕਟਡ ਬਿਫੋਰ ਪ੍ਰੇਪਰੇਸ਼ਨ ਆਫ ਟਰਾਇਲ ਬੈਲੈਂਸ ਕੈਨ ਬੀ ਵਨ ਸਾਈਡਡ অর ਟੂ ਸਾਈਡਡ 에ਰਰ ਜੇਕਰ ਕੋਈ ਗਲਤੀ ਸਾਨੂੰ ਟਰਾਇਲ ਬੈਲੈਂਸ ਬਣਾਉਣ ਤੋਂ ਪਹਿਲਾਂ ਹੀ ਮਿਲ ਜੇ ਤੇ ਅਸੀਂ ਉਹਨੂੰ ਠੀਕ ਕਰ ਦਈਏ ਤਾਂ ਕੋਈ ਫਰਸਟ ਸਟੇਜ ਦੀਆਂ ਗਲਤੀਆਂ ਦੇ ਵਿੱਚ ਆਉਂਦਾ ਹੈ ਇਹ ਦੋ ਤਰ੍ਹਾਂ ਦੀ ਹੋ ਸਕਦੇ ਨੇ ਵਨ ਸਾਈਡਡ ਐਰਰ ਐਂਡ ਟੂ ਸਾਈਡਡ ਐਰਰਸ ਵਨ ਸਾਈਡਡ ਐਰਰ ਕੀ ਨੇ ਆਪਾਂ ਕੱਲੇ-ਕੱਲੇ ਦੀ ਗੱਲ ਕਰੀਏ ਨੋ ਜੇਨਲ ਐਂਟਰੀਜ਼ ਰਿਕੁਆਇਰਡ ਓਨਲੀ ਕਨਸਰਨ ਲੈਜਰ ਅਕਾਊਂਟ ਗੋਇੰਗ ਟੂ ਬੀ ਰੈਕਟੀਫਾਈਡ ਦਾ ਮਤਲਬ ਕੀ ਹੈ ਜੇਕਰ ਕਿਸੇ ਇੱਕ ਸਾਈਡ ਤੇ ਇੱਕ ਅਕਾਊਂਟ ਤੇ ਸਿਰਫ ਅਸਰ ਪੈਂਦਾ ਹੋਵੇ ਗਲਤੀ ਦਾ ਉਹਨਾਂ ਨੂੰ ਅਸੀਂ ਵਨ ਸਾਈਡਡ ਐਰਰ ਕਹਿੰਦੇ ਹਾਂ ਡੈਬਿਟ ਸਾਈਡ ਜਾਂ ਕ੍ਰੈਡਿਟ ਸਾਈਡ ਕੋਈ ਸੇ ਇੱਕ ਅਕਾਊਂਟ ਤੇ ਅਸਰ ਪੈ ਰਿਹਾ ਹੈ ਤਾਂ ਉਹਨੂੰ ਅਸੀਂ ਵਨ ਸਾਈਡਡ ਐਰਰ ਕਹਿੰਦੇ ਸਪੈਸੀਫਿਕਲੀ ਮੈਂ ਲਿਖਿਆ ਜੋ ਕਨਸਰਨਡ ਲੈਜਰ ਅਕਾਊਂਟ ਹੈ ਸਿਰਫ ਉਸ ਲੈਜਰ ਅਕਾਊਂਟ ਦੇ ਵਿੱਚ ਹੀ ਅਸੀਂ ਗਲਤੀ ਦਾ ਸੁਧਾਰ ਕਰ ਲੈਣਾ ਹੈ ਫੋਰ ਏਗਜ਼ਾਮਪਲ ਲੈਟਸ ਸੇਲ ਬੁੱਕ ਵਾਸ ਕਾਸ ਰੁਪੀ 1000 ਇਨ ਪਲੇਸ ਆਫ 1500 ਸੇਲ ਬੁੱਕ ਦੇ ਵਿੱਚ ਅਸੀਂ 1000 ਰੁਪਏ ਲਿਖਨੇ ਲਿਖਤੇ ਇਨ ਪਲੇਸ ਆਫ 1500 500 1500 ਲਿਖਨੇ ਸੀ ਇਹਦਾ ਮਤਲਬ ਸੇਲ ਬੁੱਕ ਦੇ ਵਿੱਚ 500 ਰੁਪਏ ਘੱਟ ਲਿਖੇ ਸਾਰਿਆਂ ਨੂੰ ਪਤਾ ਹੈ ਸੇਲ ਬੁੱਕ ਦਾ ਮਤਲਬ ਸੇਲ ਅਕਾਊਂਟ ਕੀ ਹੁੰਦਾ ਹੈ ਹਮੇਸ਼ਾ ਕ੍ਰੈਡਿਟ ਹੁੰਦਾ ਹੈ ਸੇਲ ਬੁੱਕ ਦਾ ਜੋ ਟੋਟਲ ਹੈ ਉਹ ਸੇਲ ਅਕਾਊਂਟ ਜਾਂਦਾ ਹੈ ਇਹਦਾ ਮਤਲਬ ਸੇਲ ਅਕਾਊਂਟ 500 ਰੁਪਏ ਨਾਲ ਘਟ ਕ੍ਰੈਡਿਟ ਹੋਇਆ ਗਲਤੀ ਦਾ ਸੁਧਾਰ ਕੀ ਹੋ ਸਕਦਾ ਸੀ ਉਹਨੂੰ ਹੋਰ ਕ੍ਰੈਡਿਟ ਕਰ ਦਾਂਗੇ 500 ਰੁਪਏ ਨਾਲ ਜਿੰਨੀ ਗਲਤੀ ਹੋਈ ਸੀ ਤੁਹਾਡੇ ਸਾਹਮਣੇ ਇੱਕ ਸੇਲ ਅਕਾਊਂਟ ਬਣਿਆ ਇਸ ਤਰ੍ਹਾਂ ਠੀਕ ਹੋ ਜਾਂਦਾ ਹੈ ਉਹ ਸੇਲ ਅਕਾਊਂਟ ਬਾਏ ਸੰਡਰੀ ਡੈਟਰਸ ਅਕਾਊਂਟ 에ਰਰਸ ਇਨ ਕਾਸਟਿੰਗ ਜਦੋਂ ਅਸੀਂ ਅਮਾਊਂਟ ਦਿਖਾ ਰਹੇ ਸੀ ਗਲਤ ਦਿਖਾਇਆ ਉਹਨਾਂ ਨੂੰ 에ਰਰਸ ਇਨ ਕਾਸਟਿੰਗ ਕਹਿੰਦੇ ਨੇ 500 ਰੁਪਏ ਅਸੀਂ ਕ੍ਰੈਡਿਟ ਕਰਤਾ ਸਾਨੂੰ ਪਤਾ ਹੈ ਸੇਲ ਅਕਾਊਂਟ ਦੀ ਜੋ ਰਾਈਟ ਹੈਂਡ ਸਾਈਡ ਹੁੰਦੀ ਹੈ ਉਹ ਕ੍ਰੈਡਿਟ ਹੈ ਕਿਸੇ ਵੀ ਅਕਾਊਂਟ ਦੀ ਲੈਫਟ ਹੈਂਡ ਸਾਈਡ ਡੈਬਿਟ ਸਾਈਡ ਹੁੰਦੀ ਹੈ ਸੇਲ ਅਕਾਊਂਟ ਹਮੇਸ਼ਾ ਕ੍ਰੈਡਿਟ ਹੁੰਦਾ ਹੈ 500 ਰੁਪਏ ਨਾਲ ਘੱਟ ਦਿਖਾਇਆ ਸੀ ਅਸੀਂ ਹੋਰ ਜ਼ਿਆਦਾ ਦਿਖਾਤਾ ਕਲੀਅਰ ਇਹਨੂੰ ਅਸੀਂ ਵਨ ਸਾਈਡਡ 에ਰਰ ਦੀ ਰੈਕਟੀਫਿਕੇਸ਼ਨ ਕਹਿੰਦੇ ਆ ਜੇਕਰ ਇੱਕ ਸਾਈਡ ਤੇ ਅਸਰ ਪੈ ਰਿਹਾ ਹੋਵੇ ਇਹਦੇ ਬਾਰੇ ਆਪਾਂ ਹੋਰ ਗੱਲ ਕਰਦੇ ਹਾਂ ਕੁਝ ਐਗਜ਼ਾਮਪਲ ਹੋਰ ਮੈਂ ਤੁਹਾਨੂੰ ਦੱਸ ਰਿਹਾ ਵਨ ਸਾਈਡਡ 에ਰਰ ਦੀਆਂ ਫੋਰ ਐਗਜ਼ਾਮਪਲ ਸੇਲ ਬੁੱਕ ਇਜ਼ ਅੰਡਰ ਕਾਸ ਕੀ ਕਰਾਂਗੇ ਦਾ ਸੁਧਾਰ ਕਿਵੇਂ ਕਰਾਂਗੇ ਅੰਡਰ ਕਾਸਟ ਕਰਤੀ ਅੰਡਰ ਕਾਸਟ ਮੈਨੇ 100 ਰੁਪਏ ਘੱਟ ਦਿਖਾ ਦੇਤਾ 100 ਰੁਪਏ ਜ਼ਿਆਦਾ ਦਿਖਾ ਦੋ ਪাবਸੀਲ ਅਕਾਊਂਟ ਨੂੰ 100 ਰੁਪਏ ਨਾਲ ਹੋਰ ਕ੍ਰੈਡਿਟ ਕਰ ਦੋ ਤਾਂ ਸੇਲ ਅਕਾਊਂਟ ਸ਼ੁੱਡ ਬੀ ਕ੍ਰੈਡਿਟਡ ਵਿਦ ਰੁਪੀਸ 100 ਸੇਲ ਅਕਾਊਂਟ ਬਣਾਵਾਂਗੇ ਕ੍ਰੈਡਿਟ ਸਾਈਡ ਤੇ ਉਸ ਤਰ੍ਹਾਂ ਹੀ ਦਿਖਾ ਦਾਂਗੇ ਬਾਈ ਸੰਡਰੀ ਡੈਟਰਸ ਕਰਕੇ ਇਸੇ ਤਰ੍ਹਾਂ ਇਹ ਵੀ ਹੋ ਸਕਦਾ ਸੇਲ ਬੁੱਕ ਇਜ਼ ਓਵਰ ਕਾਸਟ ਬਾਏ ਰੁਪੀਸ 100 ਸੇਲ ਬੁੱਕ ਅਸੀਂ 200 ਰੁਪਏ ਨਾਲ ਓਵਰ ਕਾਸਟ ਕਰਤੀ ਜ਼ਿਆਦਾ ਦਿਖਾਤੀ ਇਹਦਾ ਮਤਲਬ ਸੇਲ ਬੁ ਸੇਲ ਅਕਾਊਂਟ 200 ਰੁਪਏ ਜ਼ਿਆਦਾ ਕ੍ਰੈਡਿਟ ਹੋ ਗਿਆ ਤਾਂ ਇਫੈਕਟ ਕਿਵੇਂ ਹੋ ਸਕਦਾ ਹੈ ਠੀਕ ਉਹਨੂੰ 200 ਰੁਪਏ ਨਾਲ ਡੈਬਿਟ ਕਰ ਦੋ ਸੇਲ ਅਕਾਊਂਟ ਨੂੰ ਤਾਂ ਹੀ ਉਹਦਾ ਇਫੈਕਟ ਖਤਮ ਹੋਏਗਾ 에ਰਰ ਠੀਕ ਹੋ ਜਾਗੀ ਸੇਲ ਅਕਾਊਂਟ ਬਣਾਵਾਂਗੇ ਡੈਬਿਟ ਸਾਈਡ ਤੇ 200 ਡੈਟर्स ਲਿਖ ਕੇ ਰੈਕਟੀਫਿਕੇਸ਼ਨ ਉੱਥੇ ਲਿਖ ਦਾਂਗੇ ਉੱਥੇ ਸੇਲ ਅਕਾਊਂਟ ਸ਼ੁੱਡ ਬੀ ਡੈਬਿਟਡ ਵਿਦ ਰੁਪੀਸ 200 ਪਰਚੇਸ ਬੁੱਕ ਇਜ਼ ਅੰਡਰ ਕਾਸਟ ਬਾਏ ਰੁਪੀਸ 100 ਸਾਨੂੰ ਸਾਰਿਆਂ ਨੂੰ ਪਤਾ ਹੈ ਪਰਚੇਸ ਬੁੱਕ ਦਾ ਅੰਦਰ ਪਰਚੇਸ ਅਕਾਊਂਟ ਹਮੇਸ਼ਾ ਕੀ ਹੁੰਦਾ ਡੈਬ ਪਰਚੇਜ਼ ਬੁੱਕ ਅੰਡਰ ਕਾਸਟ ਘਟ ਦਿਖਾਦੀ ਤਾਂ ਜ਼ਿਆਦਾ ਦਿਖਾ ਦਿਓ 300 ਰੁਪਏ ਨਾਲ ਜ਼ਿਆਦਾ ਦਿਖਾਣਾ ਉਹਨਾਂ ਡੈਬਿਟ ਹੋਰ ਕਰ ਦਿਓ ਪਰਚੇਜ਼ ਅਕਾਊਂਟ ਸ਼ੁੱਡ ਬੀ ਡੈਬਿਟਡ ਵਿਦ ਰੁਪੀਸ 300 ਸਾਨੂੰ ਪਰਚੇਜ਼ ਅਕਾਊਂਟ ਬਣਾਉਣਾ ਪਏਗਾ ਉਸੇ ਤਰ੍ਹਾਂ ਉਹਦੀ ਡੈਬਿਟ ਸਾਈਡ ਤੇ ਟੂ ਸੰਡਰੀ ਕ੍ਰੈਡਿਟਰਸ ਲਿਖ ਦਾਂਗੇ ਪਰਚੇਜ਼ ਬੁੱਕ ਇਜ਼ ਓਵਰ ਕਾਸਟ ਬਾਏ ਰੁਪੀਸ 400 ਪਰਚੇਜ਼ ਬੁੱਕ ਓਵਰ ਕਾਸਟ ਕਰਤੀ ਪਰਚੇਜ਼ ਅਕਾਊਂਟ ਭਾਵੇਂ 400 ਨਾਲ ਹੋਰ ਜ਼ਿਆਦਾ ਡੈਬਿਟ ਹੋ ਗਿਆ ਇਸ ਰੈਕਟੀਫਿਕੇਸ਼ਨ ਨੂੰ ਕਿ ਇਹਨੂੰ ਅਸੀਂ ਰੈਕਟੀਫਾਈ ਕਿਵੇਂ ਕਰਾਂਗੇ ਗਲਤੀ ਨੂੰ ਤਾਂ 400 ਨਾਲ ਉਹਨੂੰ ਕੀ ਕਰਦਾਂਗੇ ਕ੍ਰੈਡਿਟ ਕਰਦਾਂਗੇ ਪ੍ਰਟੀਜ਼ ਅਕਾਊਂਟ ਸ਼ੁਡ ਬੀ ਕ੍ਰੈਡਿਟਡ ਵਿਦ ਰੁਪੀਸ 400 ਇਸ ਤਰ੍ਹਾਂ ਦੇ ਨਾਲ ਅਕਾਊਂਟ ਬਣਨਗੇ ਤੇ ਅਸੀਂ ਡਾਇਰੈਕਟਿਵ ਫਿਸ਼ਨ ਕਰਦਾਂਗੇ ਵਨ ਸਾਈਡਡ ਦੀ ਅੱਜ ਬੜਾ ਇੰਪੋਰਟੈਂਟ ਪਾਰਟ ਹੈ ਜਿਹੜਾ ਮੈਂ ਗੱਲ ਕਰ ਰਿਹਾ ਹਾਂ ਫਸਟ ਸਟੇਜ ਦੇ ਵਿੱਚ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਟੂ ਸਾਈਡਡ ਐਰਰ ਜੇਕਰ ਦੋ ਸਾਈਡ ਤੇ ਗਲਤੀ ਦਾ ਅਸਰ ਪੈ ਰਿਹਾ ਹੋਵੇ ਜੇਕਰ ਅਸੀਂ ਟ੍ਰਾਇਲ ਬੈਲੈਂਸ ਤੋਂ ਬਣਾਉਣ ਤੋਂ ਪਹਿਲਾਂ ਹੀ ਸਾਨੂੰ ਗਲਤੀ ਮਿਲ ਜੇ ਤੇ ਦੋ ਸਾਈਡ ਤੇ ਗਲਤੀ ਦਾ ਅਸਰ ਪੈ ਰਿਹਾ ਹੋਵੇ ਤਸਾਂ ਨੂੰ ਤਿੰਨ ਸਟੈਪ ਧਿਆਨ ਨਾਲ ਸਮਝੋ ਕੀ ਕਰਨਾ ਪੈਂਦਾ ਹੈ ਰਾਈਟ ਕਰੈਕਟ ਐਂਟਰੀ दैट शुड ਬੀ ਸਭ ਤੋਂ ਪਹਿਲਾਂ ਉਹ ਐਂਟਰੀ ਲਿਖੋ ਜੋ ਐਕਚੁਅਲੀ ਉਸ ट्रांजैक्शन ਦੇ ਅਨੁਸਾਰ ਹੋਣੀ ਚਾਹੀਦੀ ਸੀ ਰਫਲੀ ਲਿਖ ਲਓ ਰਾਈਟ ਰੋਂਗ ਐਂਟਰੀ ਜੋ ਤੁਸੀਂ ਪਾਸ ਕਰਤੀ ਬੁక్స్ ਦੇ ਵਿੱਚ ਅਕਾਊਂਟੈਂਟ ਨੇ ਉਹ ਲਿਖ ਲਓ ਪਹਿਲਾਂ ਰੋਂਗ ਐਂਟਰੀ ਪਾਸ ਰੈਕਟਿਫਾਈਂਗ ਐਂਟਰੀ ਟੂ ਕੈਨਸਲ ਦਾ ਇਫੈਕਟ ਆਫ ਏਰਰ ਫੇਰ ਇੱਕ ਸੁਧਾਰ ਵਾਲੀ ਐਂਟਰੀ ਪਾਓ ਜਿਸ ਦੇ ਨਾਲ ਗਲਤੀ ਦਾ ਅਸਰ ਠੀਕ ਹੋ ਜਾਏ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਮੰਨ ਲਓ ਇੱਕ ਐਗਜ਼ਾਮਪਲ ਹੈ ਲੈਟ ਪਰਚੇਸ ਆਫ ਰੁਪੀਸ 2000 ਫਰੋਮ ਮਹਿੰ entered in day book rupees as 200 purchase book 2000 ਦੇ ਵਿੱਚ purchase sorry purchase ਕੀਤੀ 2000 ਦੀ ਮਹਿੰਦਰ ਤੋਂ ਡੇ ਬੁੱਕ ਦਾ ਮਤਲਬ ਪਰਚੇਸ ਬੁੱਕ ਦੇ ਵਿੱਚ 2000 ਰੁਪਏ ਦਿਖਾਏ ਜਾਣੇ ਚਾਹੀਦੇ ਸੀ ਪਰ 200 ਦਿਖਾਤੇ purchase book ਜੀ ਜਦੋਂ 200 ਦਿਖਾ ਦੇ ਤਾਂ ਨੇਚਰਲੀ ਦੋ ਸਾਈਡ ਦਾ ਇਫੈਕਟ ਹੈ ਪਰਚੇਸ ਬੁੱਕ ਤੋਂ ਪਰਚੇਸ ਅਕਾਊਂਟ 'ਚ ਵੀ ਪੋਸਟਿੰਗ ਹੋਣੀ ਹੈ ਮਹਿੰਦਰ ਦੇ ਅਕਾਊਂਟ 'ਚ ਵੀ ਹੋਣੀ ਹੈ ਦਿਖਾਣੇ 2000 ਸੀ ਦਿਖਾਤੇ 21800 ਰੁਪਏ ਘਟ ਦਿਖਾਤੇ ਤਾਂ ਇਹ ਟੂ ਸਾਈਡਡ 에ਰਰਸ ਨੇ ਇਸ ਟਾਈਪ ਦੀ ਜੇਕਰ ਗਲਤੀ ਹੁੰਦੀ ਹੈ ਇਹਨੂੰ ਠੀਕ ਕਿਵੇਂ ਕਰਨਾ ਹੈ ਸਟੈਪਸ ਦੇ ਅਕੋਰਡਿੰਗਲੀ ਸਭ ਤੋਂ ਪਹਿਲਾਂ ਕਰੈਕਟ ਐਂਟਰੀ ਸ਼ੁੱਡ ਬੀ ਹੋਣੀ ਕੀ ਚਾਹੀਦੀ ਸੀ ਪਰਚੇਸਸ ਦਾ ਹੁੰਦਾ ਹੈ ਡੈਬਿਟ ਟੂ ਮਹਿੰਦਰਜ਼ ਅਕਾਊਂਟ ਪਰਚੇਸ ਕੀਤੀ ਸੀ ਇਹ ਐਂਟਰੀ ਹੋਣੀ ਚਾਹੀਦੀ ਸੀ ਇਹ ਅਸੀਂ ਰਫਲੀ ਪਾ ਕੇ ਦੇਖਣੀ ਹੈ ਰੋਂਗ ਐਂਟਰੀ ਕੀ ਪਾਸ ਕਰਤੀ ਉਹਨੇ ਰਫਲੀ ਦੇਖੋ ਪਰਚੇਸਸ ਅਕਾਊਂਟ ਡੈਬਿਟ ਟੂ ਮਹਿੰਦਰਜ਼ ਅਕਾਊਂਟ ਗਲਤ ਐਂਟਰੀ ਇਹ ਕਰਤੀ 2000 ਦੀ ਖਾਤੇ 200 ਦੀ ਕਰਤੀ 1800 ਰੁਪਏ ਘਟਦੀ ਖਾਤਾ ਤਾਂ ਹੁਣ ਠੀਕ ਐਂਟਰੀ ਕਰ ਦੋ ਰੈਕਟੀਫਾਈਂਗ ਐਂਟਰੀ ਕੀ ਹੋਗੀ ਇਹ ਵਾਲੀ ਪਰਚੇਸਿਸ ਅਕਾਊਂਟ ਡੈਬਿਟ ਟੂ ਮਹਿੰਦਰਜ਼ ਅਕਾਊਂਟ ਐਂਟਰੀ ਸੇਮ ਰਹੀ ਕਿਉਂਕਿ ਗਲਤੀ ਸਿਰਫ ਕਾਸਟਿੰਗ ਦੀ ਸੀ ਅਮਾਉਂਟ ਦੀ 1800 ਫਿਰ ਅਸੀਂ ਐਂਟਰੀ ਹੋਰ ਬਣਾਤੀ ਇਹਦਾ ਮਤਲਬ ਜੇ ਐਗਜ਼ਾਮ 'ਚ ਇਹੋ ਜੀ ਰੈਕਟੀਫਿਕੇਸ਼ਨ ਦੀ ਐਂਟਰੀ ਪਾਣੀ ਹੁੰਦੀ ਅਸੀਂ ਸਿਰਫ ਇਹ ਪਾਣੀ ਹੈ ਇਹ ਸਿਰਫ ਰਫਲੀ ਅਸੀਂ ਦੇਖਣਾ ਕਿ ਗਲਤੀ ਨਾਲ ਐਂਟਰੀ ਹੋਣੀ ਕੀ ਚਾਹੀਦੀ ਸੀ ਤੇ ਪਾ ਕੀ ਦਿੱਤੀ ਗਲਤ ਉਦਾ ਰੈਕਟੀਫਿਕੇਸ਼ਨ ਦਾ ਅਸਰ ਰੈਕਟੀਫਾਈਂਗ ਐਂਟਰੀ ਦਾ ਮਤਲਬ ਹੁੰਦਾ ਹੈ ਉਸ ਗਲਤੀ ਦਾ ਅਸਰ ਅਸੀਂ ਠੀਕ ਕਰਤਾ ਇਹ ਵਾਲੀ ਐਂਟਰੀ ਪਾ ਕੇ ਆਪਣੀ ਬੁక్స్ ਆਫ ਅਕਾਊਂਟਸ ਦੇ ਵਿੱਚ ਅਕਾਊਂਟੈਂਟ ਕਰੇ ਨਹੀਂ ਹੁੰਦਾ ਕਿ ਪਿਛਲੀ ਬੁక్స్ ਦੇ ਵਿੱਚ ਕੱਟਣਾ ਸ਼ੁਰੂ ਕਰ ਦੇ ਫਿਰ ਉਹ ਫਰਾਡ ਮੰਨਿਆ ਜਾਂਦਾ ਹੈ ਕਟਿੰਗ ਨਹੀਂ ਕਰ ਸਕਦਾ ਰੈਕਟੀਫਾਈਂਗ ਐਂਟਰੀ ਪੈ ਜਾਂਦੀ ਹੈ ਜਿਹਦੇ ਨਾਲ ਗਲਤੀ ਦਾ ਅਸਰ ਠੀਕ ਹੋ ਜਾਂਦਾ ਹੈ ਇਸੇ ਤਰ੍ਹਾਂ ਇੱਕ ਹੋਰ ਐਂਟਰੀ ਦੇਖੋ ਲੈਟ ਪਰਚੇਸ ਆਫ ਰੁਪੀ 8000 ਫਰਮ ਸਨੀ ਐਂਟਰਡ ਇਨ ਡੇ ਬੁੱਕ ਐਜ਼ 800 ਮੰਨ ਲਓ ਸਨੀ ਤੋਂ 8000 ਦੀ ਪਰਚੇਸ ਕੀਤੀ Entry account, account, 8, 000, account, account, 800 ਰੁਪਏ ਲਿਖਤਾ கரੈਕਟ ਐਂਟਰੀ ਕੀ ਹੋਣੀ ਚਾਹੀਦੀ ਸੀ ਪਰਚੇਸਸ ਕਾ ਹੁੰਦਾ ਵੀ ਟੂ ਸਨੀ ਅਕਾਊਂਟ 8000 ਪਰ ਇਹ ਤਾਂ ਪਾਈ ਨਹੀਂ ਉਹਨੇ ਗਲਤ ਐਂਟਰੀ ਕੀ ਪਾਤੀ ਪਰਚੇਸਸ ਕਾ ਹੁੰਦਾ ਡੈਬਿਟ ਟੂ ਸਨੀਜ਼ ਅਕਾਊਂਟ ਕਿਉਂਕਿ 800 ਰੁਪਏ ਨਾਲ ਐਂਟਰੀ ਦਿਖਾਈ ਥਿਸ ਮੀਨਸ ਇਹ 8000 ਹੋਣਾ ਚਾਹੀਦਾ ਸੀ ਐਂਟਰੀ ਅਸੀਂ ਕਾਸਟ ਕੀਤੀ ਸਿਰਫ 800 ਨਾਲ 7200 ਰੁਪਏ ਕਟ ਦਿਖਾਈ ਹੈ ਤਾਂ 7200 ਦੀ ਹੋਰ ਐਂਟਰੀ ਪਾ ਦਿਓ ਆਪਾਂ ਨੇ ਬੁక్స్ ਆਫ ਅਕਾਊਂਟਸ ਦੇ ਵਿੱਚ ਇਹ ਵਾਲੀ ਐਂਟਰੀ ਪਾਣੀ ਹੈ ਇਹ ਸਿਰਫ ਤੁਹਾਡੀ ਸੁਵਿਧਾ ਲਈ ਹੈ ਸਟਾਰਟਿੰਗ ਸਿੱਖਣ ਦੇ ਲਈ ਪਰਚੇਸਿਸ ਦਾ ਹੁੰਦਾ ਵੀ ਟੂ ਸਨ ਇਸ ਅਕਾਊਂਟ ਅਸੀਂ 7200 ਦੀ ਐਂਟਰੀ ਫੋਰ ਪਾਤੀ ਕਿਉਂਕਿ ਹੋਰ ਕਿਸੇ ਟਾਈਪ ਦੀ ਗਲਤੀ ਨਹੀਂ ਸੀ ਸਿਰਫ ਕਾਸਟਿੰਗ ਦੀ ਗਲਤੀ ਹੋ ਰਹੀ ਸੀ ਡਬਲ ਸਾਈਡਡ ਇਫੈਕਟ ਸੀ ਕਲੀਅਰ ਰੈਕਟੀਫਿਕੇਸ਼ਨ ਆਫ 에ਰਰਸ ਸੈਕੰਡ ਸਟੇਜ ਹੁਣ ਆਪਾਂ ਅੱਗੇ ਵਧਦੇ ਜੇਕਰ ਟ੍ਰਾਇਲ ਬੈਲੈਂਸ ਬਣਾਉਣ ਤੋਂ ਪਹਿਲਾਂ ਪਰ ਫਾਈਨਲ ਅਕਾਊਂਟ ਬਣਾਉਣ ਤੋਂ ਜੇਕਰ ਟ੍ਰਾਇਲ ਬੈਲੈਂਸ ਬਣਾਉਣ ਤੋਂ ਬਾਅਦ ਚ ਬਟ ਫਾਈਨਲ ਅਕਾਊਂਟ ਬਣਾਉਣ ਤੋਂ ਪਹਿਲਾਂ ਗਲਤੀ ਦਾ ਸੁਧਾਰ ਕਰਨਾ ਹੋਵੇ ਇਹਦਾ ਮਤਲਬ ਇਹ ਹੈ ਰੈਕਟੀਫਿਕੇਸ਼ਨ ਆਫਟਰ ਪ੍ਰਪਰੇਸ਼ਨ ਆਫ ਟ੍ਰਾਇਲ ਬੈਲੈਂਸ ਸਾਨੂੰ ਗਲਤੀ ਲੱਭੀ ਟ੍ਰਾਇਲ ਬੈਲੈਂਸ ਬਣਾਉਣ ਤੋਂ ਬਾਅਦ ਅਸੀਂ ਨੂੰ ਠੀਕ ਕਰਨਾ ਹੈ ਪਰ ਫਾਈਨਲ ਅਕਾਊਂਟ ਹਜੇ ਬਣਾਈ ਨਹੀਂ ਸੀ ਉਸ ਹਾਲਾਤ ਥਰਡ ਸਟੇਜ ਹੈ ਜਿਹੜੀ ਇਹ ਹੀ ਹੁੰਦੀ ਹੈ ਕਿ ਜੇਕਰ ਫਾਈਨਲ ਅਕਾਊਂਟ ਬਣਾਉਣ ਤੋਂ ਬਾਅਦ ਗਲਤੀ ਮਿਲਦੀ ਹੈ ਸਮਝ ਲੱਗ ਗਿਆ ਉਹਦੇ ਬਾਰੇ ਆਪਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਨਹੀਂ ਕਰਾਂਗੇ ਕਿਉਂਕਿ ਉਹ 11th ਸਟੈਂਡਰਡ ਦੇ ਟੌਪਿਕ ਦਾ ਹਿੱਸਾ ਨਹੀਂ ਹੁੰਦੀ ਇਨ ਕੇਸ ਆਫ ਵਨ ਸਾਈਡਡ ਏਰਰ ਇਦੇ ਵਿੱਚ ਵੀ ਦੋ ਸਥਿਤੀਆਂ ਹੋ ਸਕਦੀਆਂ ਨੇ ਜੇਕਰ ਵਨ ਸਾਈਡਡ 에ਰਰ ਹੈ ਤਾਂ ਅਸੀਂ ਸਸਪੈਂਸ ਅਕਾਊਂਟ ਨੂੰ ਯੂਜ਼ ਕਰਦੇ ਹਾਂ ਇਹਦੇ ਬਾਰੇ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਹਾਂ ਇਹ ਇਸ ਤੋਂ ਇਲਾਵਾ ਉੱਥੇ ਦੋ ਤਰ੍ਹਾਂ ਦੀਆਂ ਸਥਿਤੀਆਂ ਹੋ ਸਕਦੀਆਂ ਨੇ ਟੂ ਬੈਲੈਂਸ ਡਿਸੈਗਰੀ ਟ੍ਰਾਇਲ ਬੈਲੈਂਸ ਜੇਕਰ ਟ੍ਰਾਇਲ ਬੈਲੈਂਸ ਨਹੀਂ ਮਿਲ ਰਿਹਾ ਟੂ ਪੋਸਟ ਡਾਊਟਫੁਲ ਆਈਟਮਸ ਤੇ ਡਾਊਟਫੁਲ ਆਈਟਮਸ ਉੱਥੇ ਕ੍ਰੀਏਟ ਹੋ ਰਹੀਆਂ ਨੇ ਧਿਆਨ ਨਾਲ ਇਹ ਗੱਲ ਸਮਝੋ ਕਿ ਜੇਕਰ ਇਹ ਸਥਿਤੀ ਹੈ ওয়ਨ সাইडेड एरर ਨੇ ਉਸ ਹਾਲਤ ਚ ਅਸੀਂ ਸਸਪੈਂਸ ਅਕਾਊਂਟ ਨੂੰ ਯੂਜ਼ ਕਰਦੇ ਹਾਂ ਨੀਚੇ ਮੈਂ ਇੱਕ ਬੜਾ ਇੰਪੋਰਟੈਂਟ ਤੁਹਾਡੇ ਸਾਹਮਣੇ ਇੱਕ ਹਾਈਲਾਈਟ ਕੀਤਾ ਹੈ ਗੱਲ ਨੂੰ ਕਿਸੇ ਵੀਡੀਓ ਨੰਬਰ A39 EP एंड 39 EH ਅਬਾਊਟ ਸਸਪੈਂਸ ਅਕਾਊਂਟ ਸਸਪੈਂਸ ਅਕਾਊਂਟ ਕੀ ਹੁੰਦਾ ਹੈ ਇਸ ਨੂੰ ਟ੍ਰਾਇਲ ਬੈਲੈਂਸ ਕਿਉਂ ਦਿਖਾਇਆ ਜਾਂਦਾ ਹੈ ਜਦੋਂ ਟ੍ਰਾਇਲ ਬੈਲੈਂਸ ਮਿਲਦਾ ਨਹੀਂ ਤੇ ਉਸ ਹਾਲਤ ਚ ਡੇਟ ਆ ਰਹੀ ਹੈ ਬੁక్స్ ਆਫ ਅਕਾਊਂਟਸ ਨੂੰ ਫਾਈਨੈਂਸ਼ੀਅਲ ਇਅਰ ਦੇ ਐਂਡ ਚ ਬੰਦ ਕਰਨ ਦੇ ਲਈ ਤਾਂ ਜੀ ਨਾ ਬੈਲੈਂਸ ਨਹੀਂ ਮਿਲ ਰਿਹਾ ਉਹ ਸਾਰਾ ਸਸਪੈਂਸ ਅਕਾਊਂਟ ਨੂੰ ਬਾਰੀਤ ਆ ਜਾਂਦਾ ਇਹਦੇ ਬਾਰੇ ਡਿਟੇਲ ਦੇ ਵਿੱਚ ਮੈਂ ਇਸ ਵੀਡੀਓ ਦੇ ਵਿੱਚ 39 ਦੇ ਵਿੱਚ ਗੱਲ ਕੀਤੀ ਹੈ ਉਹ ਲਿੰਕ ਮੈਂ نیچے ਦੇ ਰਿਹਾ ਉਹਨੂੰ ਦੇਖੋ ਜ਼ਰੂਰ ਸਸਪੈਂਸ ਅਕਾਊਂਟ ਪ੍ਰਾਇਰ ਬੈਲੈਂਸ ਕਿਵੇਂ ਬਣਦਾ ਤੇ ਵਨ ਸਾਈਡਡ 에ਰਰ ਜਦੋਂ ਹੋ ਰਹੀ ਹੈ ਉੱਥੇ ਅਸੀਂ ਸਸਪੈਂਸ ਅਕਾਊਂਟ ਯੂਜ਼ ਕਰਦੇ ਹਾਂ ਫਿਰ ਉਸ ਗਲਤੀ ਨੂੰ ਠੀਕ ਕਰਨ ਦੇ ਲਈ ਸਸਪੈਂਸ ਅਕਾਊਂਟ ਦੀ ਯੂਜ਼ ਕਰਨ ਦੀ ਹਾਲਤ ਵਿੱਚ ਦੋ ਸਥਿਤੀਆਂ ਹੋ ਸਕਦੀਆਂ ਨੇ ਟੂ ਬੈਲੈਂਸ ਅ ਡਿਸਐਗਰੀ ਟ੍ਰਾਇਲ ਬੈਲੈਂਸ ਤੇ ਸੈਕੰਡਰ ਟੂ ਪੋਸਟ ਡਾਊਟਫੁਲ ਆਈਟਮਸ ਜੇਕਰ ਟ੍ਰਾਇਲ ਬੈਲੈਂਸ ਨਹੀਂ ਮਿਲ ਰਿਹਾ ਉਹਦਾ ਬੈਲੈਂਸ ਕਿਵੇਂ ਠੀਕ ਕਰਨਾ ਹੈ ਸਸਪੈਂਸ ਅਕਾਊਂਟ ਨੂੰ ਕਿਵੇਂ ਅਸੀਂ ਰੈਕਟੀਫਾਈ ਕਰਨਾ ਹੈ ਜੇ ਕੋਈ ਆਈਟਮ ਡਾਊਟਫੁਲ ਹੈ ਉਸ ਹਾਲਤ ਦੇ ਵਿੱਚ ਸਸਪੈਂਸ ਅਕਾਊਂਟ ਯੂਜ਼ ਹੋ ਜਾਂਦਾ ਹੈ ਕਿਸ ਤਰ੍ਹਾਂ ਮੈਂ ਸੈਕਿੰਡ Part ਦੀ ਪਹਿਲਾਂ ਗੱਲ ਕਰ ਰਹੇ ਹਾਂ Let a businessman gets cash rupees 3000 but forgets who sent the money ਬਿਜ਼ਨਸਮੈਨ ਨੂੰ 3000 ਮਿਲੇ ਪਰ ਉਹ ਭੁੱਲ ਗਿਆ ਪੈਸੇ ਆਏ ਕਿਸ ਤੋਂ ਸੀ ਹੁਣ ਇਹ ਤਾਂ ਹੈ ਨਹੀਂ ਕਿ ਐਂਟਰੀ ਨਾ ਪਾਵੇ ਕੈਸ਼ ਅਕਾਊਂਟ ਦੇ ਵੀ ਟੂ ਸਸਪੈਂਸ ਅਕਾਊਂਟ ਫਿਲਹਾਲ ਉਹਨੇ ਸਸਪੈਂਸ ਅਕਾਊਂਟ ਨੂੰ ਬਾਦਾ बिकॉज ਇਟ ਸ਼ੋਜ਼ ਡਾਊਟ ਆਈਟਮ ਦੇ ਉੱਤੇ ਡਾਊਟ ਸੀ ਸਸਪੈਂਸ ਅਕਾਊਂਟ ਬਾਅਦ ਜਿਸ ਦਿਨ ਵੀ ਇਹ ਪਤਾ ਲੱਗ ਜਾਏਗਾ ਕਿਸ ਬਿਜ਼ਨਸਮੈਨ ਤੋਂ ਪੈਸੇ ਆਏ ਸੀ ਕਿਸ ਵਿਅਕਤੀ ਤੋਂ ਪੈਸੇ ਆਏ ਸੀ ਤਾਂ ਸਸਪੈਂਸ ਅਕਾਊਂਟ ਉਨੇ ਅਮਾਉਂਟ ਨਾਲ ਡੈਬਿਟ ਕਰ ਦਿੱਤਾ ਜਾਏਗਾ ਇਹ ਦਾ ਅਸਰ ਖਤਮ ਹੋ ਜਾਏਗਾ ਆਪਣੇ ਆਪ ਆਮ ਤੌਰ ਤੇ ਵਿਵਹਾਰਿਕ ਰੂਪ ਚ ਬਿਜ਼ਨਸਮੈਨ ਐਵੇਂ ਕਰਦੇ ਨੇ ਜਿਵੇਂ ਇੱਥੇ ਡਾਊਟ ਕ੍ਰੀਏਟ ਹੋਇਆ ਕਿ ਪੈਸੇ ਕਿਸ ਤੋਂ ਆਏ ਨੇ ਸਸਪੈਂਸ ਅਕਾਊਂਟ ਨੂੰ ਦਿਖਾਤੇ ਇਸ ਟਾਈਪ ਦੇ 에ਰਰਸ ਦੇਖੋ ওয়ান সাইডেড 에ਰਰ ਕਿਉਂਕਿ ਕੈਸ਼ ਪ੍ਰਾਪਤ ਹੋ ਗਿਆ ਕੈਸ਼ ਅਕਾਊਂਟ ਸਹੀ ਕਰਤਾ ਬਟ ਵਿਅਕਤੀ ਦਾ ਨਾਮ ਨਹੀਂ ਪਤਾ ਸੀ ਦਾ ਸਸਪੈਂਸ ਅਕਾਊਂਟ ਨੂੰ ਪਤਾ ਕਲੀਅਰ ਇਨ ਕੇਸ ਆਫ ਟੂ ਸਾਈডেਡ 에ਰਰ ਸਸਪੈਂਸ ਅਕਾਊਂਟ ਨਾਲ ਰਿਲੇਟਡ ਜਿਹੜੀ ਦੂਸਰੀ ਐਂਟਰੀਜ਼ ਨੇ ਅੱਗੇ ਮੈਂ ਦੱਸਦਾ ਹਾਂ ਤੁਹਾਨੂੰ ਰੈਕਟੀਫਿਕੇਸ਼ਨ ਆਫਟਰ ਪ੍ਰੇਪਰੇਸ਼ਨ ਆਫ ਟ੍ਰਾਇਲ ਬੈਲანს ਬਿਫੋਰ ਫਾਈਨਲ ਅਕਾਊਂਟ ਜੇਕਰ ਸਟੇਜ ਸੈਕੰਡ ਦੀ ਗੱਲ ਕਰ ਰਹੇ ਹਾਂ ਅਸੀਂ ਜੇਕਰ ਦੋ ਸਾਈਡ ਦੀਆਂ ਗਲਤੀਆਂ ਹੋਣ ਨੀਡ ði ਸਟੈਪਸ ਤਾਂ ਇਹ ਸਟੈਪ ਚਾਹੀਦੇ ਨੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਇਹ ਸੇਮ ਸਟੈਪਸ ਨੇ ਜੋ ਮੈਂ ਤੁਹਾਨੂੰ ਪਹਿਲਾਂ ਦੱਸੇ ਸੀ ਜੇਕਰ ਕਿਸੇ ਰੈਕਟਿਵ ਕਾਈ ਰੈਕਟੀਫਾਈ ਕਰਦੇ ਹੋਏ ਕਿਸੇ ਗਲਤੀ ਨੂੰ ਸਾਨੂੰ ਉਸ ਗਲਤੀ ਦੇ ਦੋਰਾਜ਼ਰ ਦਿਖ ਰਿਹਾ ਹੈ ਤਾਂ ਤਿੰਨ ਸਟੈਪ ਨੇ ਹੈ ਰਾਈਟ ਕਰੈਕਟ ਐਂਟਰੀ ਥੈਟ ਸ਼ੁੱਡ ਬੀ ਪਹਿਲਾਂ ਉਹ ਲਿਖ ਲੋ ਰਫਲੀ ਜੋ ਐਂਟਰੀ ਹੋਣੀ ਚਾਹੀਦੀ ਸੀ ਰਾਈਟ ਰੋਂਗ ਐਂਟਰੀ ਥੈਟ ਹੈਜ਼ ਬੀਨ ਪਾਸਡ ਫਿਰ ਉਹ ਐਂਟਰੀ ਲਿਖ ਲੋ ਜੋ ਗਲਤ ਪਾਸ ਕਰਤੀ ਬੁਕਸ ਦੇ ਵਿੱਚ ਤੁਹਾਡੀ ਸੁਵਿਧਾ ਲਈ ਦੱਸ ਰਿਹਾ ਹਾਂ ਇਹ ਪਾਸ ਰੈਕਟੀਫਾਈਂਗ ਐਂਟਰੀ ਟੂ ਕੈਨਸਲ ਦਾ ਇਫੈਕਟ ਆਫ 에ਰਰ ਫਿਰ ਇੱਕ ਸੁਧਾਰ ਵਾਲੀ ਐਂਟਰੀ ਪਾਓ ਰੈਕਟੀਫਾਈਡ ਐਂਟਰੀ ਪਾਓ ਜਿਸ ਨਾਲ ਗਲਤੀ ਨੂੰ ਠੀਕ ਕੀਤਾ ਜਾ ਸਕੇ ਗਲਤੀ ਦਾ ਅਸਰ ਕੈਨਸਲ ਕੀਤਾ ਜਾ ਸਕੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਇੱਥੇ ਵੀ ਸੇਮ ਸਥਿਤੀ ਹੈ ਟੂ ਸਾਈਡਡ ਐਰਰ ਦੀ ਚਾਹੇ ਟ੍ਰਾਇਲ ਬੈਲੈਂਸ ਤੋਂ ਪਹਿਲਾਂ ਜਾਂ ਟ੍ਰਾਇਲ ਬੈਲੈਂਸ ਤੋਂ ਬਾਅਦ ਸਟੈਪਸ ਸੀ ਨੇ ਪਰਚੇਸ ਆਫ ਸਟੇਸ਼ਨਰੀ ਆਫ ਰੁਪੀ 3000 ਹੈਜ਼ ਬੀਨ ਰਿਕਾਰਡਡ ਇਨ ਕੈਸ਼ ਬੁੱਕ ਐਜ਼ ਰੁਪੀ 30 ਧਿਆਨ ਨਾਲ ਸੋਚੋ ਸਟੇਸ਼ਨਰੀ ਪਰਚੇਸ ਕੀਤੀ ਕੈਸ਼ ਬੁੱਕ ਦੇ ਵਿੱਚ ਐਂਟਰੀ ਆਣੀ ਚਾਹੀਦੀ ਸੀ ਪੇਮੈਂਟ ਹੋਈ ਹੈ 3000 ਦੀ ਸਟੇਸ਼ਨਰੀ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ 3000 ਦੀ ਐਂਟਰੀ ਹੋਣੀ ਚਾਹੀਦੀ ਸੀ ਕਰੈਕਟ ਐਂਟਰੀ ਸ਼ੁੱਡ ਬੀ ਥਿਸ ਵਨ ਸਟੇਸ਼ਨਰੀ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ ਰੋ ਐਂਟਰੀ ਕੀ ਪਾਸ ਕਰਤੀ ਸਟੇਸ਼ਨਰੀ ਕਾਉਂਟ ਡੈਬਿਟ ਟੂ ਕੈਸ਼ ਅਕਾਊਂਟ 30 30 ਰੁਪੀਸ ਇੰਨੇ ਦੀ ਐਂਟਰੀ ਕਰਤੀ ਥਿਸ ਮੀਨਸ 3000 ਦੀ ਹੋਣੀ ਚਾਹੀਦੀ ਸੀ ਦਿਖਾਈ ਸਿਰਫ 30 ਦੀ ਹੈ 2970 ਰੁਪੀਸ ਘੱਟ ਦਿਖਾਏ ਨੇ ਤਾਂ ਸੇਮ ਐਂਟਰੀ ਹੋਰ ਪਾਸ ਕਰ ਦੋ ਕਿਉਂਕਿ ਕਾਸਟਿੰਗ ਦੀ ਗਲਤੀ ਹੋਈ ਹੈ ਟੂ ਰੈਕਟੀਫਾਈ ਦਾ ਐਂਟਰੀ ਕੀ ਹੋ ਟੂ ਰੈਕਟੀਫਾਈ ਦਾ ਏਰਰ ਐਂਟਰੀ ਵਿਲ ਬੀ ਕੀ ਹੋਏਗੀ ਦੇਖੋ ਸਟੇਸ਼ਨਰੀ ਅਕਾਊਂਟ ਦਾ ਵੀ ਟੂ ਕੈਸ਼ ਅਕਾਊਂਟ 2970 ਅਸੀਂ ਇਹ ਐਂਟਰੀ ਪਾਵਾਂਗੇ ਇਹ ਸਿਰਫ ਤੁਹਾਡੀ ਸੁਵਿਧਾ ਲਈ ਦੱਸਿਆ ਗਿਆ ਹੈ ਸਮਝਾਉਣ ਲਈ ਇਹ ਤੁਸੀਂ ਰਫਲੀ ਕਰ ਸਕਦੇ ਹੋ ਜਦੋਂ ਅਸੀਂ ਸੋਲੂਸ਼ਨ ਕਰਨਾ ਹੈ ਐਗਜ਼ਾਮ ਦੇ ਵਿੱਚ ਉਹਨੂੰ ਸੋਲਵ ਕਰਕੇ ਦਿਖਾਣਾ ਹੈ ਤਾਂ ਆਹ ਐਂਟਰੀ ਪਾਣੀ ਹੁੰਦੀ ਹੈ ਬੀਇੰਗ ਸਟੇਸ਼ਨਰੀ ਨਰੇਸ਼ਨ ਲਿਖਣਾ ਵੀ ਬੜੀ ਵੱਡੀ ਕਲਾ ਹੈ ਜੋ ट्रांजैक्शन ਦਿੱਤੀ ਵੀ ਆਲਮੋਸਟ ਉਸ ਤੋਂ ਹੀ ਨਰੇਸ਼ਨ ਡਿਵੈਲਪ ਹੁੰਦੀ ਹੈ ਬਸ ਲਾਸਟ ਇੱਕ ਸ਼ਬਦ ਲਿਖਣਾ ਹੁੰਦਾ ਹੈ now rectified ਹੁਣ ਸੁਧਾਰ ਕਰ ਦਿੱਤਾ ਗਿਆ ਦਾ ਮਤਲਬ ਇਹ ਹੁੰਦਾ ਜਿਵੇਂ ਇਹਦੀ ਇਸ ਨਰੇਸ਼ਨ ਦੇਖੋ ਬੀਇੰਗ ਸਟੇਸ਼ਨਰੀ ਪਰਚੇਸਡ ਫॉर ਰੁਪੀ 3000 ਰਿਕਾਰਡਡ ਐਜ਼ ਰੁਪੀ 30 ਇਨ ਕੈਸ਼ ਬੁੱਕ ਨਾਓ ਰੈਕਟੀਫਾਈਡ ਇਸ ਤਰ੍ਹਾਂ ਦੇ ਨਾਲ ਨਰੇਸ਼ਨ ਲਿਖੀਦਾ ਜਦੋਂ ਵੀ ਜਰਨਲ ਐਂਟਰੀਜ਼ ਪਾਸ ਕਰਦੇ ਨੇ ਰੈਕਟੀਫਿਕੇਸ਼ਨ 에ਰਰਸ ਸਟੂਡੈਂਟਸ ਇੱਕ ਡਿਟੇਲਡ ਕੁਐਸਚਨ ਕੱਲ ਕਰਦੇ ਆਪਾਂ ਦਾ ਫੋਲੋਇੰਗ 에ਰਰਸ ਵਰ ਲੋਕੇਟਡ ਆਫਟਰ ਦਾ ਪ੍ਰੇਪਰੇਸ਼ਨ ਆਫ ਟ੍ਰਾਇਲ ਬੈਲੈਂਸ ਟ੍ਰਾਇਲ ਬੈਲੈਂਸ ਨੂੰ ਬਣਾਉਣ ਤੋਂ ਬਾਅਦ ਗਲਤੀਆਂ ਮਿਲੀਆਂ ਹੈ ਅਸਿਊਮ ਦੈਟ देयर ਇਜ਼ਿਸਟਰ ਸਸਪੈਂਸ ਅਕਾਊਂਟ ਰੈਕਟੀਫਾਈ ਅੱਗੇ ਆਉਣ ਵਾਲੀ ਜਿਹੜੀ ਵੀਡੀਓ ਹੈ ਉਸ 'ਚ ਮੈਂ ਤੁਹਾਨੂੰ ਦੱਸੂਗਾ ਕਿ ਸਸਪੈਂਸ ਅਕਾਊਂਟ ਦਾ ਵੀ ਬੈਲੈਂਸ ਦਿੱਤਾ ਹੋਇਆ ਹੁੰਦਾ। ਆਪਾਂ ਇਹ ਮੰਨ ਲੈਂਦੇ ਹਾਂ ਕਿ ਸਸਪੈਂਸ ਅਕਾਊਂਟ ਐਗਜ਼ਿਸਟ ਕਰ ਰਿਹਾ ਹੈ। ਅਸੀਂ ਉਹਨੂੰ ਸੁਧਾਰ ਕਰਨਾ ਹੈ ਹੁਣ ਗਲਤੀਆਂ ਨੂੰ। ਸਸਪੈਂਸ ਅਕਾਊਂਟ 'ਚ ਨਾ ਵੀ ਅਮਾਊਂਟ ਹੁੰਦਾ ਜਦੋਂ ਸਾਰੀਆਂ ਗਲਤੀਆਂ ਸੁਧਰ ਜਾਂਦੀਆਂ ਨੇ ਤਾਂ ਸਸਪੈਂਸ ਅਕਾਊਂਟ ਦਾ ਬੈਲੈਂਸ ਜ਼ੀਰੋ ਹੋ ਜਾਂਦਾ ਹੈ। ਇਹ ਆਪਾਂ ਨੈਕਸਟ ਵੀਡੀਓ 'ਚ ਮੈਂ ਉਹਦੇ ਨਾਲ ਰਿਲੇਟਡ ਨੰਮੈਰੀਕਲ ਕੁਐਸਚਨ ਕਰਾਊਂਗਾ। ਪਹਿਲਾਂ ਆਪਾਂ ਸਿੰਪਲੀ ਕਰ ਲਈਏ। ਸੇਲ ਆਫ ਗੂਡਜ਼ ਓਨ ਕ੍ਰੈਡਿਟ ਟੂ ਅਰੁ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਐਂਟਰੀਜ਼ ਨੇ ਆਪਾਂ ਨਾਲ-ਨਾਲ ਇਹਨਾਂ ਨੂੰ ਐਂਟਰੀਜ਼ ਨੂੰ ਪੜਾਂਗੇ ਵੀ ਤੇ ਰੈਕਟੀਫਾਈਡ ਐਂਟਰੀ ਵੀ ਕਰਾਂਗੇ ਆਪਾਂ ਇਹਨਾਂ ट्रांजैक्शन ਨੂੰ ਪੜਦੇ ਹੋਏ ਇੱਥੇ ਮੈਂ ਤੁਹਾਡੀ ਸਹੂਲਤ ਲਈ ਦੁਬਾਰਾ ਉਹ ਸਾਰੀਆਂ ट्रांजैक्शन ਲਿਖੀਆਂ ਨੇ ਸੇਲ ਆਫ ਗੁੱਡਸ ਓਨ ਕ੍ਰੈਡਿਟ ਟੂ ਅਰੁਣ ਫਾਰ ਰੁਪੀਸ 152 ਪੋਸਟਡ ਟੂ ਹਿਸ ਅਕਾਊਂਟ ਐਜ਼ 125 ਅਸੀਂ ਅਰੁਣ ਨੂੰ 152 ਰੁਪਏ ਦੀ ਚੀਜ਼ਾਂ ਸੇਲ ਕੀਤੀਆਂ ਪਰ ਉਸਦੇ ਅਕਾਊਂਟ 'ਚ 125 ਲਿਖਤਾ ਸਿਰਫ ਅਰੁਣ ਦੇ ਅਕਾਊਂਟ 'ਚ ਇਹਦਾ ਮਤਲਬ ਲਿਖਣਾ 152 625 ਲਿਖਦਾ ਹੈ ₹27 ਕੱਟ ਲਿਖਦੇ ਤਾਂ ₹27 ਹੋਰ ਜ਼ਿਆਦਾ ਲਿਖ ਦੋ ਜੇ ਵੈਸੀ ਐਂਟਰੀ ਪਾਣੀ ਹੁੰਦੀ ਅਰुण ਨੂੰ ਸੇਲ ਕੀਤੀ ਅਰुण ਅਕਾਊਂਟ ਡੈਬਿਟ ਟੂ ਸੇਲ ਹੋਣੀ ਸੀ ਅਰुण ਅਕਾਊਂਟ ਡੈਬਿਟ ਹੋਣਾ ਚਾਹੀਦਾ ਸੀ 152 ਨਾਲ ਪਰ ਕੀਤਾ 125 ਨਾਲ 27 ਨਾਲ ਹੋਰ ਡੈਬਿਟ ਕਰ ਦੋ ਸੇਲ ਅਕਾਊਂਟ ਦਾ ਮਤਲਬ ਠੀਕ ਹੈ ਕਿਉਂਕਿ ਸਾਫ਼ ਲਿਖਿਆ ਗਿਆ ਸਿਰਫ ਉਹਦੇ ਅਕਾਊਂਟ ਦੇ ਵਿੱਚ ਗਲਤੀ ਹੋਈ ਹੈ ਤਾਂ ਐਂਟਰੀ ਕੀ ਬਣ ਗਈ ਅਰुण ਜੀ ਅਕਾਊਂਟ ਡੈਬਿਟ ਫਿਰ ਸੈਕੰਡ ਇਫੈਕਟਾ ਸੀ ਕਿਸ ਤੇ ਦਿਖਾਈਏ ਤਾਂ ਸੈਕੰਡ ਇਫੈਕਟ ਜਾਏਗਾ ਸਸਪੈਂਸ ਅਕਾਊਂਟ ਤੇ ਟੂ રૂપીસ 27 રૂપીસ 27 અરણા اکاؤنٹ સે 27 રૂપીા ਘਟ ਦਿખાય સે ਅਸੀਂ અરણા اکاؤنٹ સે 27 રૂપી ਡੈਬਿਟ ਹੋਰ ਕਰਤਾ ਹਾਂ। ਸੈਕੰਡ ਅਬਾਊਟ ਗੁੱਡਸ ਫਰਮ ਲక్ష్ਮੀ ਔਨ ਕ੍ਰੈਡਿਟ ਫੋਰ રૂપીસ 550 ਕ੍ਰੈਡਿਟਡ ਟੂ ਹਰ ਅਕਾਊਂਟ ਐਸ રૂપીસ 505। ਅਸੀਂ ਲక్ష్ਮੀ ਤੋਂ ਚੀਜ਼ਾਂ ਪਰਚੇਸ ਖਰੀਦ ਕੀਤੀਆਂ ਕ੍ਰੈਡਿਟ 550 ਦੀਆਂ ਐਂਟਰੀ ਕਿ ਹੋਣੀ ਚਾਹੀਦੀ ਸੀ ਵੈਸੇ ਜੋ ਮੈਂ ਰਫਲੀ ਦੱਸਿਆ ਸੀ। ਕਿਵੇਂ ਕਰਦੇ ਰਫ ਕੰਮ ਚ ਪਰਚੇਸ ਅਕਾਊਂਟ ਡੈਬਿਟ ਲక్ష్ਮੀ 550 550 ਪਰ ਅਸੀਂ ਉਹਦੇ ਅਕਾਊਂਟ ਨੂੰ 550 ਨਾਲ ਕ੍ਰੈਡਿਟ ਨਾ ਕਰਕੇ 505 ਨਾਲ ਕਰਤਾ ਇਹਦਾ ਮਤਲਬ 45 ਰੁਪਏ ਘੱਟ ਕ੍ਰੈਡਿਟ ਕੀਤਾ ਸਿਰਫ ਲక్ష్ਮੀ ਦੇ ਅਕਾਊਂਟ ਨੂੰ ਇਹਦਾ ਮਤਲਬ ਬਾਕੀ ਸਾਰਾ ਠੀਕ ਸੀ ਸਾਫ਼ ਲਿਖ ਰਿਹਾ ਕਿ ਸਿਰਫ ਲక్ష్ਮੀ ਦੇ ਅਕਾਊਂਟ ਨੂੰ 45 ਰੁਪਏ ਨਾਲ ਘੱਟ ਕ੍ਰੈਡਿਟ ਕੀਤਾ ਤਾਂ ਅਸੀਂ ਐਂਟਰੀ ਪਾ ਰਹੇ ਹਾਂ 2 ਲక్ష్ਮੀ ਅਕਾਊਂਟ ਲక్ష్ਮੀ ਦਾ ਅਕਾਊਂਟ 45 ਨਾਲ ਕ੍ਰੈਡਿਟ ਕਰਤਾ ਫਿਰ ਡੈਬਿਟ ਕਿਨੂੰ ਕਰਾਂਗੇ ਸਸਪੈਂਸ ਅਕਾਊਂਟ ਨੂੰ

ਫਰਨੀਚਰ ਪਰਚੇਜ਼ ਕੀਤਾ ਅਭੀ ਤੋਂ 404 ਰੁਪਏ ਦਾ ਸਮਝ ਲੱਗਿਆ ਵਾਸ ਔਨ ਕ੍ਰੈਡਿਟ ਉਧਾਰ ਪਰਚੇਜ਼ ਕੀਤਾ ਐ ਐਂਟਰੀ ਕੀ ਹੋਣੀ ਚਾਹੀਦੀ ਸੀ ਵੈਸੇ ਰਫਲੀ ਜਿਹਾ ਸੋਚੀਏ ਫਰਨੀਚਰ ਅਕਾਊਂਟ ਡੈਬਿਟ ਟੂ ਅਭੀ 404 ਨਾਲ ਪਰ ਅਸੀਂ ਫਰਨੀਚਰ ਅਕਾਊਂਟ ਨੂੰ ਡੈਬਿਟ ਤਾਂ ਕੀਤਾ ਪਰ 440 ਨਾਲ ਕਰਤਾ ਇਹਦਾ ਮਤਲਬ 36 ਰੁਪਏ ਨਾਲ ਜ਼ਿਆਦਾ ਡੈਬਿਟ ਕਰਤਾ ਅਸੀਂ ਫਰਨੀਚਰ ਅਕਾਊਂਟ ਹੁਣ ਸਾਨੂੰ ਚਾਹੀਦਾ ਫਰਨੀਚਰ ਅਕਾਊਂਟ ਨੂੰ 36 ਰੁਪਏ ਨਾਲ ਕ੍ਰੈਡਿਟ ਕਰਦੀ ਹੈ ਕਰਤਾ ਇਥੇ ਐਂਟਰੀ ਦੇਖੋ 2 ਫਰਨੀਚਰ ਅਕਾਊਂਟ 36 ਰੁਪਏ ਫਿਰ ਡੈਬਿਟ ਕਿਨੂੰ ਕਰਾਂਗੇ ਸਸਪੈਂਸ ਅਕਾਊਂਟ ਨੂੰ ਕਿਉਂਕਿ ਹੋਰ ਕੋਈ ਇਫੈਕਟ ਆਈ ਹੋਣੀ ਵਨ ਸਾਈਡਡ ਇਫੈਕਟ ਹੈ ਇਸਦੇਖੋ ਐਂਟਰੀ ਸਸਪੈਂਸ ਅਕਾਊਂਟ ਡੈਬਿਟ 36 ਰੁਪਏ ਫਰਨੀਚਰ ਅਕਾਊਂਟ ਅਸੇ 36 ਨਾਲ ਕ੍ਰੈਡਿਟ ਕਰਕੇ ਜੋ ਫਰਨੀਚਰ ਅਕਾਊਂਟ ਡੈਬਿਟ ਜ਼ਿਆਦਾ ਕਰਤਾ ਸੀ ਕ੍ਰੈਡਿਟ ਜ਼ਿਆਦਾ ਕਰਤਾ ਸੀ ਉਹਨੂੰ ਕ੍ਰੈਡਿਟ ਕਰਕੇ ਉਹਦਾ ਇਫੈਕਟ ਖਤਮ ਕਰਤਾ ਨੈਕਸਟ ਪਰਚੇਸਡ ਮਸ਼ੀਨਰੀ ਫॉर ਰੁਪਈਆ ਫॉर ਕੈਸ਼ ਰੁਪੀਸ 200 ਮਸ਼ੀਨਰੀ ਪਰਚੇਸ ਕੀਤੀ ਕੈਸ਼ ਐਂਟਰੀ ਕੀ ਹੋਣੀ ਚਾਹੀਦੀ ਸੀ ਮਸ਼ੀਨਰੀ ਅਕਾਊਂਟ ਹੈ ਵੀ ਟੂ ਕੈਸ਼ ਵਾਸ ਨੋਟ ਪੋਸਟਡ ਟੂ ਮਸ਼ੀਨਰੀ ਅਕਾਊਂਟ ਮਸ਼ੀਨਰੀ ਅਕਾਊਂਟ 'ਚ ਪੋਸਟਿੰਗ ਨਹੀਂ ਕੀਤੀ ਇਹਦਾ ਮਤਲਬ ਕੈਸ਼ ਦੀ ਦਾ ਪੋਸਟਿੰਗ ਹੋ ਗਈ ਹੋਣੀ ਮਸ਼ੀਨਰੀ 'ਚ ਨਹੀਂ ਕੀਤੀ ਮਸ਼ੀਨਰੀ ਡੈਬਿਟ ਹੋਣੀ ਚਾਹੀਦੀ ਸੀ ਤਾਂ ਅਸੀਂ ਡਾਇਰੈਕਟਿਵਿਕੇਸ਼ਨ ਕਿਵੇਂ ਕਰਾਂਗੇ ਮਸ਼ੀਨਰੀ ਅਕਾਊਂਟ ਡੈਬਿਟ ਫਿਰ ਕ੍ਰੈਡਿਟ ਕਿਨੂੰ ਕਰੀਏ ਸਸਪੈਂਸ ਅਕਾਊਂਟ ਨੂੰ ਜਦੋਂ ਵੀ ਵਨ ਸਾਈਡਡ ਹੈਰ ਇਹਦੇ 'ਚ ਧਿਆਨ ਨਾਲ ਸਮਝੋ ਇੱਕ ਅਕਾਊਂਟ ਤੇ ਇਫੈਕਟ ਪੈ ਰਿਹਾ ਹੈ ਤੇ ਸਸਪੈਂਸ ਅਕਾਊਂਟ ਐਗਜ਼ਿਸਟ ਕਰ ਰਿਹਾ ਹੈ ਕਿਉਂਕਿ ਟ੍ਰਾਇਲ ਬੈਲੈਂਸ ਤੋਂ ਬਣਾਉਣ ਤੋਂ ਬਾਅਦ ਦੀ ਗੱਲ ਕਰ ਰਹੇ ਆ ਅਸੀਂ ਤਾਂ ਉਸ ਹਾਲਤ ਦੇ ਵਿੱਚ ਸਸਪੈਂਸ ਅਕਾਊਂਟ ਐਗਜ਼ਿਸਟ ਕਰ ਰਿਹਾ ਤਾਂ ਦੂਸਰੀ ਜਿਹੜਾ ਅਕਾਊਂਟ ਇਫੈਕਟ ਹੋਏਗਾ ਉਹ ਸਸਪੈਂਸ ਅਕਾਊਂਟ ਹੋਏਗਾ ਕਿਉਂਕਿ ਟ੍ਰਾਇਲ ਬੈਲੈਂਸ ਬਣ ਚੁੱਕਾ ਹੈ ਸਸਪੈਂਸ ਅਕਾਊਂਟ ਉੱਥੇ ਦਿਖਾਇਆ ਜਾ ਚੁੱਕਾ ਹੈ ਤਾਂ ਹੀ ਇਹੋ ਐਂਟਰੀਜ਼ ਨੇ ਨੈਕਸਟ ਹੈ ਟੋਟਲ ਪਰਚੇਸ ਆਫ ਰੁਪਏ ਦਾ ਟੋਟਲ ਆਫ ਦਾ ਪਰਚੇਸ ਬੁੱਕ ਰੁਪੀਏ 89 ਵਾਸ ਕੈ ਕਾਸਟਿੰਗ ਦੀ ਫਿਰ ਗਲਤੀ ਹੋ ਗਈ ਪਰਚੇਸ ਬੁੱਕ ਦਾ ਜਿਹੜਾ ਟੋਟਲ ਸੀ ਆਇਆ 89 ਸੀ ਅਗਲੇ ਪੇਜ ਤੇ ਜਦੋਂ ਕੈਰੀ ਫਾਰਵਰਡ ਕਰ ਰਹੇ ਸੀ 98 ਲਿਖਤਾ 90 ਰੁਪਏ ਜ਼ਿਆਦਾ ਲਿਖਤਾ ਪਰਚੇਸ ਕੀ ਹੁੰਦੀ ਹੈ ਹਮੇਸ਼ਾ ਡੈਬਿਟ ਹੁੰਦੀ ਹੈ ਇਹਦਾ ਮਤਲਬ ਪਰਚੇਸ ਅਕਾਊਂਟ 90 ਰੁਪਏ ਨਾਲ ਜ਼ਿਆਦਾ ਡੈਬਿਟ ਹੋ ਗਿਆ ਇਫੈਕਟ ਰੈਕਟੀਫਿਕੇਸ਼ਨ ਕੀ ਮੇਗੀ 90 ਰੁਪਏ ਨਾਲ ਕ੍ਰੈਡਿਟ ਕਰ ਦੋ ਅਸੀਂ ਕੀ ਕੀਤਾ ਪਰਚੇਸ ਅਕਾਊਂਟ ਕ੍ਰੈਡਿਟ ਕਰਤਾ 2 ਪਰਚੇਸ ਅਕਾਊਂਟ 9 ਰੁਪੀਸ ਤੇ ਇਫੈਕਟ ਕਿਸ ਤੇ ਪਏਗਾ ਸਸਪੈਂਸ ਅਕਾਊਂਟ ਤੇ ਇਹ ਉਸ ਹਾਲਾਤ ਚ ਹੁੰਦਾ ਜਦੋਂ ਸਸਪੈਂਸ ਅਕਾਊਂਟ ਐਗਜ਼ਿਸਟ ਕਰ ਰਿਹਾ ਉਦੋਂ ਅਸੀਂ ਜਿਹੜਾ ਵੀ ਅਕਾਊਂਟ ਨਹੀਂ ਆ ਉਹ ਸਸਪੈਂਸ ਅਕਾਊਂਟ ਨੂੰ ਸ਼ੋਅ ਕਰ ਦਿੰਦੇ ਹਾਂ ਬੀਇੰਗ ਅਕਸੈਸ ਅਮਾਉਂਟ ਕੈਰੀ ਫਾਰਵਰਡ ਟੂ ਪਰਚੇਸ ਅਕਾਊਂਟ ਨਾਉ ਰੈਕਟੀਫਾਈਡ ਇਨ ਰੇਸ਼ਨ ਹੋ ਗਿਆ ਸਮਝ ਲੱਗਾ ਪੇਸ਼ੈਂਟਲੀ ਆਰਾਮ ਨਾਲ ਸੋਚੋ ਬੜਾ ਈਜ਼ੀ ਕੰਮ ਹੈ ਸੋ ਸਟੂਡੈਂਟਸ ਆਈ ਥਿੰਕ ਦਾ ਹੋਲ ਕਨਸੈਪਟ ਇਜ਼ ਕੁਆਇਟ ਕਲੀਅਰ ਟੂ 올 ਆਫ ਯੂ ਤੇ ਉਸ ਹਾਲਾਤ ਦੇ ਵਿੱਚ ਆਰਾਮ ਨਾਲ ਕੁਐਸਚਨ ਨੂੰ ਦੇਖੋ ਜਿਹੜਾ ਕਨਸੈਪਟ ਕਲੀਅਰ ਨਹੀਂ ਉਹਦੇ ਬਾਰੇ ਸੋਚੋ ਤੇ